8000 ਕੰਪਲੇਂਟਸ ਪਾਰਕਿੰਗ ਇਸ਼ੂ ਬਾਰੇ ਆਈਆਂ ਇਕੱਲੇ ਜੁਲਾਈ ਦੇ ਮਹੀਨੇ, ਅਤੇ 1700 ਕੰਪਲੇਂਟ ਸੀਗੀਆਂ ਪ੍ਰੋਪਰਟੀ ਸਟੈਂਡਰਡਸ ਬਾਰੇ। ਆਪਣਾ ਖਰਚਾ ਕੱਢਣ ਲਈ ਇਹਨਾਂ ਨੇ ਸਟੂਡੈਂਟ ਦਾ GST 10,000 ਤੋਂ 20,000 ਕਰਤਾ। ਜੇ ਕਿਰਾਏਦਾਰਾਂ ਦਾ ਅਸੀਂ ਖਰਚਾ ਚੱਕਣ ਦੇ ਲਈ 200 ਤੋਂ 500 ਕਰਤਾ ਤਾਂ ਇਹਨੂੰ ਪ੍ਰੋਬਲਮ ਹੋਣ ਲੱਗੀ। ਤਾਂ ਇਹ ਕਹਿੰਦੇ ਨੇ ਸਰ ਸਲੱਮ ਲੈਂਡਲੋਰਡ, ਸਲੱਮ ਮੇਅਰ ਨਹੀਂ ਹੈਗਾ, ਸਲੱਮ ਗੌਰਮੈਂਟ ਨਹੀਂ ਹੈਗੀ। ਕਿ ਜੇ ਤੁਸੀਂ ਲੀਗਲ ਕਰਾ ਕੇ ਸਾਡੇ ਕੋਲੋਂ ਲਾਇਸੈਂਸ ਲਵੋਗੇ ਤਾਂ ਤੁਸੀਂ ਸਾਨੂੰ ਲਾਇਸੈਂਸ ਦੇ ਦਿੱਤਾ ਤੁਹਾਡੇ ਘਰ ਆ ਕੇ ਇੰਸਪੈਕਸ਼ਨ ਕਰਨ ਦਾ। ਜਿਹੜੇ ਲੋਕ ਇਲੀਗਲ ਕੰਮ ਕਰ ਰਹੇ ਨੇ ਉਹਨਾਂ ਕੋਲ, ਉਹਨਾਂ ਦੀ ਇੰਸਪੈਕਸ਼ਨ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਜੇ ਸਾਡੇ ਕੋਲ ਇੰਸਪੈਕਟਰ ਨਹੀਂ। ਹਾਂਜੀ, ਇਹ 'ਚ ਕੋਈ ਪ੍ਰੋਬਲਮ ਨਹੀਂ, ਵਧੀਆ ਪ੍ਰੋਗਰਾਮ ਭਾਅ ਜੀ, ਮੈਂ ਸਪੋਰਟ ਕਰਦਾ ਸਿਟੀ ਦੀ ਇਸ ਗੱਲੋਂ ਸਿਫਤ ਆ ਜੀ। ਇਹ ਗੰਦ ਚੱਕਿਆ ਜਾਊਗਾ ਜਿਹੜਾ ਪਿਆ ਜੀ ਇੱਥੇ। ਇਹ ਜੋ ਪ੍ਰੋਗਰਾਮ ਕੀ ਇੰਟੈਂਸ਼ਨ ਹੈ, ਜੋ ਇੰਟੈਂਟ ਹੈ, ਉਹ ਇਸਕੀ ਇੰਟੈਂਟ ਬੈਡ ਹੈ। ਜਦੋਂ ਪ੍ਰੋਪਰਟੀ ਤੁਹਾਡੀ ਲੀਗਲਾਈਜ਼ ਹੋ ਚੁੱਕੀ ਹੈ, ਤੁਸੀਂ ਸਾਰੇ ਜਿਹੜੇ ਕੋਡਸ ਨੇ ਪੂਰੇ ਕੀਤੇ ਹੋਏ ਨੇ, ਤੇ ਫਿਰ ਤੁਹਾਨੂੰ ਕਦੋਂ ਡਰ ਇੰਸਪੈਕਸ਼ਨ ਦਾ? ਜੋ ਆਉਂਦੇ ਆਪਾਂ ਲਾਦਾ ਯੂਪੀ ਸਟੇਡੀਓ ਇੰਸਪੈਕਸ਼ਨ ਕਰਨਾ ਚਾਹੁੰਦੀ ਹੈ, ਹੁਣ ਕੰਮ ਤੋਂ ਟਾਈਮ ਆਫ ਕਰਕੇ ਅਸੀਂ ਪਹਿਲਾਂ ਇੰਸਪੈਕਸ਼ਨ ਕਰਾਈਏ। ਪਹਿਲਾਂ ਰਵੀਨਾ ਸੈਂਟਰਸ ਕਹਿੰਦੀ ਠੀਕ ਹੈ, ਕਹਿੰਦੀ ਮੈਂ ਤੇਰਾ ਸੌਟ ਆਊਟ ਕਰਦੀ ਹਾਂ। ਉਸ ਤੋਂ ਬਾਅਦ ਸਰ ਅੱਜ ਤੱਕ ਮੇਰਾ ਖਿਆਲ ਮੋਰ ਦੈਨ 20-25 ਡੇਜ਼ ਹੋ ਗਏ, ਮੈਂ ਉਹਨੂੰ ਰੋਜ਼ ਇੱਕ ਈਮੇਲ ਕਰ ਰਿਹਾ, ਰੋਜ਼ ਫੋਨ ਕਰ ਰਿਹਾ, ਮੇਰਾ ਫੋਨ ਵੀ ਅਟੈਂਡ ਨਹੀਂ ਕਰ ਰਹੀ ਕੋਲੋਂ। ਕਿ ਬ੍ਰੈਂਪਟਨ 'ਚ ਕੁਛ ਲੈਂਡਲੋਰਡਸ ਨੇ ਬਹੁਤ ਧਾਂਦਲੀ ਮਚਾਈ, ਉਹਨਾਂ ਨੇ ਨੇਬਰਹੁੱਡਸ ਖਰਾਬ ਕੀਤੀਆਂ। ਮੈਂ ਭਾਅ ਜੀ ਬੇਸਮੈਂਟ ਬਣਾਈ ਆ ਸਿਟੀ ਤੋਂ ਪਾਸ ਕਰਾ ਕੇ, ਹੈ ਨਾ, ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ। ਸਿਟੀ ਦਾ ਜਿਹੜਾ ਪ੍ਰੋਗਰਾਮ ਹੈ ਵਧੀਆ ਆਇਆ ਜੀ। ਸਾਰੇ ਲੈਂਡਲੋਰਡ ਚੰਗੇ ਨੇ, ਬ੍ਰੈਂਪਟਨ 'ਚ ਵੀ ਨਿਰਾਪੁਰਾ ਝੂਠ ਹੋਊਗਾ, ਅਤੇ ਇਹੋ ਜਿਹਾ ਝੂਠ ਬੋਲਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ। ਭਾਅ ਜੀ ਅਸੀਂ ਗਲਤ ਕੰਮ ਤਾਂ ਆਪ ਕਰਦੇ ਹਾਂ, ਹੈ ਨਾ, 20-25 ਸਾਡਾ ਕਸੂਰ ਹੈ ਭਾਅ ਜੀ। ਇਹ ਬਾੜਿਓ ਤੁਸੀਂ ਦੋ, ਜਿੰਨੇ ਸਿਟੀ ਕਹਿੰਦੀ ਹੈ ਚਾਰ ਰੱਖੋ, ਚਾਰ ਬੰਦੇ ਰੱਖ ਲਓ। ਅੱਜ ਅਸੀਂ ਗੱਲਬਾਤ ਕਰਨੀ ਹੈ, ਬ੍ਰੈਂਪਟਨ ਨੇ ਜਿਹੜਾ ਇਹ ਲਾਂਚ ਕੀਤਾ ਸੀ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪਾਇਲਟ ਪ੍ਰੋਜੈਕਟ। ਇਹਦੇ ਬਾਰੇ ਪਿਛਲੇ ਦਿਨਾਂ 'ਚ ਮੇਅਰ ਪੈਟਰਿਕ ਬ੍ਰਾਊਨ ਨੇ ਕੁਛ ਅਪਡੇਟਸ ਸ਼ੇਅਰ ਕੀਤੇ ਅਤੇ ਦੱਸਿਆ ਕਿ ਇਸ ਪਾਇਲਟ ਤਹਿਤ 4700 ਹੋਮ ਇੰਸਪੈਕਸ਼ਨਸ ਕੀਤੀਆਂ ਗਈਆਂ, ਜਿਨ੍ਹਾਂ ਲੋਕਾਂ ਨੇ ਆਪਣੇ ਪ੍ਰੋਪਰਟੀ ਦਾ ਇੱਕ ਹਿੱਸਾ ਰੈਂਟਲ ਵਾਸਤੇ ਯੂਜ਼ ਕੀਤਾ, ਅਤੇ 600 ਨੂੰ ਜਿਹੜੇ ਪੈਨਲਟੀ ਨੋਟਿਸ ਦਿੱਤੇ ਗਏ। ਉਹਨਾਂ ਨੇ ਅਮਾਊਂਟ ਵੀ ਦੱਸੀ ਕਿ ਜਿਹੜੀ ਫਾਈਨਸ ਦੇ ਰੂਪ 'ਚ ਜਨਰੇਟ ਹੋਈ ਸਿਟੀ ਨੂੰ, ਅਤੇ ਨਾਲੋਂ ਨਾਲ ਸਿਟੀ ਅਫੀਸ਼ਲਸ ਨੇ ਕੁਛ ਪਿਕਚਰਸ ਵੀ ਸ਼ੇਅਰ ਕੀਤੀਆਂ ਜਿਹੜੀਆਂ ਇੰਸਪੈਕਸ਼ਨ ਦੌਰਾਨ ਉਹਨਾਂ ਨੇ ਦੇਖਿਆ, ਜਿਹਦੇ 'ਚ ਫਲੋਰ ਦੇ 'ਚ ਇੱਕ ਰੂਮ 'ਚ ਮਲਟੀਪਲ ਮੈਟਰਸਿਸ ਨੇ, ਅਨਕਲੀਨ ਵਾਸ਼ਰੂਮ ਨੇ, ਗੰਦੇ ਵਾਸ਼ਰੂਮ, ਅਤੇ ਗਾਰਬੇਜ ਦੇ ਢੇਰ ਲੱਗੇ ਨੇ ਲਾਂਡਰੀ ਰੂਮ 'ਚ। ਇਸ ਤਰ੍ਹਾਂ ਦੇ ਇਮੇਜਸ ਵੀ ਕਿਸ ਹਾਲਾਤ ਦੇ 'ਚ ਲੋਕ ਰਹਿ ਰਹੇ ਨੇ ਉਹਨੂੰ ਸ਼ੇਅਰ ਕੀਤਾ। ਕੌਂਸਲਰ ਰਵੀਨਾ ਸੈਂਟੋਸ, ਉਹ ਵੀ ਇਹਦੇ ਟਾਸਕ ਫੋਰਸ ਦੇ ਮੈਂਬਰ ਨੇ, RRL ਟਾਸਕ ਫੋਰਸ ਹੈ, ਅਤੇ ਉਹਨਾਂ ਨੇ ਦੱਸਿਆ ਕਿ 8000 ਕੰਪਲੇਂਟਸ ਪਾਰਕਿੰਗ ਇਸ਼ੂ ਬਾਰੇ ਆਈਆਂ ਇਕੱਲੇ ਜੁਲਾਈ ਦੇ ਮਹੀਨੇ, ਅਤੇ 1700 ਕੰਪਲੇਂਟ ਸੀਗੀਆਂ ਪ੍ਰੋਪਰਟੀ ਸਟੈਂਡਰਡਸ ਬਾਰੇ। ਸਿਟੀ ਹੋਰ ਹੁਣ ਬਾਇਲਾਅ ਇਨਫੋਰਸਮੈਂਟ ਆਫਿਸਰ ਵੀ ਹਾਇਰ ਕਰ ਰਿਹਾ, ਅਤੇ ਇਹ ਸਾਰਾ ਕੁਛ ਚੱਲ ਰਿਹਾ। ਪਰ ਨਾਲੋਂ ਨਾਲ ਇਹਦੇ ਬਾਰੇ ਜਦੋਂ ਇਹ ਲਾਂਚ ਕੀਤਾ ਗਿਆ ਸੀ, ਅਸੀਂ ਇੱਕ ਦੋ ਵਾਰ ਸ਼ੋਅ ਕੀਤਾ ਸੀ, ਅਤੇ ਉਮੀਦ ਸੀ ਕਿ ਉਸ ਤੋਂ ਬਾਅਦ ਸਿਟੀ ਨੇ ਕੁਛ ਚੇਂਜਸ ਇਹਦੇ 'ਚ ਕੀਤੀਆਂ ਸਨ, ਅਤੇ ਲੱਗਦਾ ਸੀ ਇਹ ਇਸ਼ੂ ਖਤਮ ਹੋ ਗਿਆ। ਪਰ ਜਿਹੜੇ ਲੋਕ ਇਹਦਾ ਵਿਰੋਧ ਕਰਨ ਵਾਲੇ ਨੇ ਉਹ ਲਗਾਤਾਰ ਕੁਛ ਨਾ ਕੁਛ ਇਹਨੂੰ ਲੈ ਕੇ ਪ੍ਰੋਟੈਸਟ ਵੀ ਕਰਦੇ ਰਹਿੰਦੇ ਨੇ, ਅਤੇ ਬਾਕੀ ਸਿਟੀ 'ਚ ਵੀ ਚੱਲਦਾ ਰਹਿੰਦੀ। ਅਤੇ ਪਿਛਲੇ ਦਿਨਾਂ 'ਚ ਇਹ ਚਰਚਾ ਆਈ ਕਿਉਂਕਿ ਸਿਟੀ ਕੌਂਸਲ 'ਚ ਡਿਸਕਸ ਹੋਇਆ ਜੀ, ਉੱਥੇ ਕਿਸ ਤਰ੍ਹਾਂ ਦੀਆਂ ਐਡਸ ਕੁਛ ਲੈਂਡਲੋਰਡ ਨੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਨੇ ਉਹਨਾਂ 'ਤੇ ਪਾਈਆਂ ਨੇ,
ਜਾਂ ਇਹ ਜਿਹੜੇ ਇਮੇਜਸ ਦਿਖਾਏ ਕੌਂਸਲਰਸ ਨੇ ਕਿਸ ਹਾਲਾਤ 'ਚ ਲੋਕ ਰਹਿ ਰਹੇ ਨੇ, ਇਹਨੂੰ ਲੈ ਕੇ ਵੀ ਖੁਸਰ ਫੁਸਰ, ਇਹਨੂੰ ਲੈ ਕੇ ਵੀ ਰਿਐਕਸ਼ਨਸ, ਚਰਚਾ ਹੋ ਰਹੀ ਹੈ, ਹੁੰਦੀ ਰਹਿੰਦੀ ਹੈ। ਸੋ ਅੱਜ ਅਸੀਂ ਇਹਦੇ ਬਾਰੇ ਫਿਰ ਇੱਕ ਗੱਲਬਾਤ ਕਰਨਾ ਚਾਹੁੰਦੇ ਹਾਂ, ਕਿਉਂਕਿ ਦੋ ਪੱਖ ਨੇ। ਇੱਕ ਪੱਖ ਤਾਂ ਇਹ ਹੈ, ਜੇ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ, ਜੇ ਕੋਈ ਕਹਿੰਦਾ ਫਿਰ ਉਹ ਝੂਠ ਬੋਲਦਾ, ਜਾਂ ਉਹਦੇ ਵੈਸਟਡ ਇੰਟਰਸਟ ਨੇ, ਉਹ ਸਿਰਫ ਐਕਟਿਵਿਜ਼ਮ ਕਰਨਾ ਚਾਹੁੰਦਾ ਕਿ ਬ੍ਰੈਂਪਟਨ 'ਚ ਕੁਛ ਲੈਂਡ ਲਾਰਡਸ ਨੇ ਬਹੁਤ ਧਾਂਦਲੀ ਮਚਾਈ, ਉਹਨਾਂ ਨੇ ਨੇਬਰਹੁੱਡਸ ਖਰਾਬ ਕੀਤੀਆਂ, ਉਹਨਾਂ ਨੇ ਲੈ ਕੇ ਇਹ ਇਨਵੈਸਟਮੈਂਟ ਪ੍ਰੋਪਰਟੀਜ਼, ਉੱਥੇ 20-20 ਲੋਕਾਂ ਨੂੰ ਠਹਿਰਾਇਆ, ਅਤੇ ਆਪ ਤਾਂ ਉਹਨਾਂ ਦਾ ਕੁਛ ਨਹੀਂ ਗਿਆ, ਪਰ ਉਹਨਾਂ ਨੇ ਉਹ ਨੇਬਰਹੁੱਡਸ ਖਰਾਬ ਕੀਤੀਆਂ, ਉੱਥੇ ਪਾਰਕਿੰਗ ਦੇ ਵਿਸ਼ੇ, ਉੱਥੇ ਗੰਦਗੀ ਦੇ ਇਸ਼ੂ, ਜਿਸ ਤਰੀਕੇ ਨਾਲ ਉੱਥੇ ਸ਼ੋਰ ਸ਼ਰਾਬਾ ਹੁੰਦਾ, ਇਹ ਸਾਰਾ ਕੁਛ ਹੁੰਦਾ। ਅਤੇ ਜੇ ਕੋਈ ਹੁਣ ਲੈਂਡ ਲਾਰਡ ਜਾਂ ਲੈਂਡ ਲਾਰਡ ਨੂੰ ਰਿਪ੍ਰਜੈਂਟ ਕਰਨ ਵਾਲੀ ਆਪੇ ਸਜੀ ਕੋਈ ਔਰਗਨਾਈਜੇਸ਼ਨ ਜਾਂ ਕੋਈ ਐਕਟਿਵਿਸਟ ਇਹ ਠੇਕਾ ਲਏ ਸਾਰਿਆਂ ਦਾ ਕਿ ਜੀ ਸਾਰੇ ਲੈਂਡ ਲਾਰਡ ਚੰਗੇ ਨੇ ਬ੍ਰੈਂਪਟਨ 'ਚ, ਵੀ ਨਿਰਾਪੁਰਾ ਝੂਠ ਹੋਊਗਾ, ਅਤੇ ਇਹੋ ਜਿਹਾ ਝੂਠ ਬੋਲਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ, ਕਿਉਂਕਿ ਲੋਕਾਂ ਨੇ ਗੜਬੜਾਂ ਕੀਤੀਆਂ ਨੇ। ਉਹਨੂੰ ਹੁਣ ਠੀਕ ਕਰਨ ਲਈ ਸਿਟੀ ਨੇ ਜੋ ਕੀਤਾ ਪਾਇਲਟ ਪ੍ਰੋਜੈਕਟ, ਉਹਦੀਆਂ ਲਿਮਿਟੇਸ਼ਨ ਨੇ, ਉਹਦੇ 'ਚ ਲਿਮਿਟੇਸ਼ਨ ਹੋ ਸਕਦੀਆਂ ਨੇ, ਅਤੇ ਉਹਨਾਂ ਲਿਮਿਟੇਸ਼ਨ ਬਾਰੇ ਸਵਾਲ ਉੱਠਣਾ ਚਾਹੀਦਾ। ਅਤੇ ਜੇ ਕੋਈ ਇਹ ਕਹਿੰਦਾ, ਜਿਵੇਂ ਕਿ ਇੱਕ ਸ਼ਬਦ ਵਰਤਿਆ ਸਲੰਮ ਲਾਰਡ ਬ੍ਰੈਂਪਟਨ ਮੇਅਰ ਨੇ, ਜੋ ਜਿੰਨਾ ਕੁ ਮੈਂ ਪੜ੍ਹਿਆ ਸੁਣਿਆ, ਮੈਨੂੰ ਤਾਂ ਨਹੀਂ ਇਹ ਮਹਿਸੂਸ ਹੋਇਆ ਵੀ ਉਹ ਕੁਛ ਸਾਰੇ ਲੈਂਡ ਲਾਰਡਸ ਬਾਰੇ ਕਿਹਾ, ਪਰ ਜਿਹੜੇ ਕੰਮ ਹੀ ਸਲੰਮ ਲਾਰਡ ਵਾਲੇ ਕਰਦੇ ਨੇ ਉਹਨਾਂ ਨੂੰ ਫਿਰ ਹੋਰ ਕੀ ਕਿਹਾ ਜਾਏ। ਅਤੇ ਜੇ ਉਹ ਜੇ ਜਾਂ ਤਾਂ ਕੋਈ ਕਹਿ ਦੇ ਕਿ ਸਿਟੀ 'ਚ ਹੈ ਨਹੀਂ ਇਹੋ ਜਿਹੇ ਸਲੰਮ ਲਾਰਡ, ਕੋਈ ਕਹਿ ਸਕਦਾ ਜਿਹੜੇ ਰਿਪ੍ਰਜੈਂਟ ਵੀ ਕਰਦੇ ਨੇ ਲੈਂਡ ਲਾਰਡ ਨੂੰ, ਜਿਹੜੀਆਂ ਔਰਗਨਾਈਜੇਸ਼ਨ, ਕੀ ਉਹ ਕਹਿ ਸਕਦੇ ਨੇ ਦਾਅਵੇ ਨਾਲ ਕਿ ਸਿਟੀ 'ਚ ਇਹੋ ਜਿਹੇ ਲੋਕ ਨਹੀਂ ਹੈ। ਸੋ ਇਹ ਦੋ ਐਕਸਟ੍ਰੀਮ ਪੁਜ਼ੀਸ਼ਨਾਂ ਲਈਆਂ ਹੋਈਆਂ ਕੁਛ ਲੋਕਾਂ ਨੇ। ਸੋ ਇੱਕ ਤਾਂ ਵੈਲਿਡ ਕੰਸਰਨ ਨੇ ਸਿਟੀ ਦੇ ਕਿ ਸਿਟੀ 'ਚ ਕੁਛ ਲੋਕਾਂ ਨੇ ਇਹ ਅਬਿਊਜ਼ ਕੀਤਾ, ਜਦੋਂ ਥੋੜ੍ਹੇ ਲੋਕ ਅਬਿਊਜ਼ ਕਰਨ ਵਾਲੇ ਭਾਵੇਂ ਥੋੜ੍ਹੇ ਹੋਣ, ਭਾਵੇਂ 20% ਹੋਣ, ਭਾਵੇਂ 10% ਹੋਣ, ਹਮੇਸ਼ਾ ਹੀ ਉਹ ਦੂਸਰਿਆਂ ਨੂੰ ਮੁਸੀਬਤ ਖੜ੍ਹੀ ਕਰਦੇ ਨੇ। ਹੁਣ ਏਅਰਪੋਰਟ 'ਤੇ ਗਲਤ ਸਮਾਨ ਲੈ ਕੇ ਸਾਰੇ ਲੋਕ ਥੋੜ੍ਹਾ ਜਾਂਦੇ ਨੇ, ਪਰ ਉਹਨਾਂ ਕਰਕੇ ਹਰ ਕਿਸੇ ਦੀ ਤਲਾਸ਼ੀ ਹੁੰਦੀ ਹੈ। ਹੁਣ ਅਸੀਂ ਇਹ ਥੋੜ੍ਹਾ ਕਹਿ ਸਕਦੇ ਹਾਂ ਉੱਥੇ ਕਿ ਜੀ ਮੇਰੇ ਕੋਲ ਥੋੜ੍ਹਾ ਹਥਿਆਰ ਹੈ ਜਾਂ ਮੇਰੇ ਕੋਲ ਥੋੜ੍ਹਾ ਕੋਈ ਨਜਾਇਜ਼ ਚੀਜ਼ ਹੈ, ਤੁਸੀਂ ਮੇਰੀ ਤਲਾਸ਼ੀ ਕਿਉਂ ਲੈਂਦੇ ਹੋ? ਤੁਹਾਡੀ ਤਲਾਸ਼ੀ ਇਸ ਕਰਕੇ ਹੁੰਦੀ ਕਿ ਕੁਛ ਲੋਕਾਂ ਨੇ ਇਸ ਚੈਨਲ ਨੂੰ ਅਬਿਊਜ਼ ਕੀਤਾ, ਇਸ ਕਰਕੇ ਹੁਣ ਤੁਹਾਡੀ ਵੀ ਹੋਣੀ ਆ, ਤੁਹਾਡੀ ਵੀ ਚੈਕਿੰਗ ਹੋਣੀ ਹੈ। ਸੋ ਸੇਮ ਚੀਜ਼ ਹੈ, ਜਦੋਂ ਕਾਨੂੰਨ ਜਦੋਂ ਲੋਕਾਂ ਨੇ ਅਬਿਊਜ਼ ਕੀਤਾ ਲੈਂਡ ਲਾਰਡ ਨੇ, ਅਤੇ ਉਹਦੇ ਨਾਲ ਡੀਲ ਕਰਨ ਲਈ ਸਿਟੀ ਕਾਨੂੰਨ ਬਣਾਏਗਾ, ਅਤੇ ਕਾਨੂੰਨ ਫਿਰ ਸਾਰਿਆਂ 'ਤੇ ਲਾਗੂ ਹੋਣਗੇ। ਹੁਣ ਕਾਨੂੰਨਾਂ 'ਚ ਕੀ ਫਲੋਜ਼ ਨੇ, ਉਹਨਾਂ 'ਤੇ ਗੱਲ ਹੋ ਸਕਦੀ ਹੈ, ਗੱਲਬਾਤ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈ। ਸੋ ਇਸ ਸਿਚੁਏਸ਼ਨ 'ਚ ਹੁਣ ਜਿਹੜੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਇੱਕ ਪਾਸੇ 'ਤੇ ਲੈਂਡ ਲਾਰਡ ਦੀ ਪ੍ਰੋਬਲਮ ਹੈ, ਦੂਜੇ ਪਾਸੇ ਉਹਦੇ ਨਾਲ ਡੀਲ ਕਰਨ ਲਈ ਸਿਟੀ 'ਤੇ ਪ੍ਰੈਸ਼ਰ ਹੈ, ਬਲਕਿ ਸਿਟੀ ਨੇ ਘੱਟ ਕੰਮ ਕੀਤਾ, ਰਿਐਲਿਟੀ ਤਾਂ ਇਹ ਹੈ, ਪਰ ਇੱਕ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਹਨੂੰ ਲੈ ਕੇ ਸਵਾਲ ਉੱਠਦੇ ਨੇ। ਸੋ ਹੁਣ ਕਿਉਂਕਿ ਕਾਫੀ ਸਮਾਂ ਹੋ ਗਿਆ, ਹੁਣ ਮੇਅਰ ਨੇ ਆਪਣੇ ਨੰਬਰਸ ਦੇ ਦਿੱਤੇ ਨੇ ਕਿ ਅਸੀਂ ਇੰਨੀਆਂ ਇੰਸਪੈਕਸ਼ਨ ਕੀਤੀਆਂ, ਇੰਨੀਆਂ ਕੰਪਲੇਂਟਸ ਆਈਆਂ, ਅਸੀਂ ਇਹ ਕੁਛ ਕੀਤਾ, ਉਹ ਕੀਤਾ, ਪਰ ਹੁਣ ਜਿਹੜਾ ਇਹ ਹੈ ਕਿ ਜਿਹੜੇ ਰੈਜੀਡੈਂਟਸ ਨੇ, ਚਾਹੇ ਉਹ ਲੈਂਡ ਲਾਰਡ ਨੇ ਅਤੇ ਚਾਹੇ ਉਹ ਨੇ ਟੈਨੈਂਟ, ਉਹ ਕੀ ਮਹਿਸੂਸ ਕਰਦੇ ਨੇ ਹੁਣ ਕਿ ਇਹਦੇ 'ਚ ਜਿਹੜਾ ਇਹ ਪਾਇਲਟ ਪ੍ਰੋਜੈਕਟ ਵਾਲੇ ਜਿਹੜੇ ਵਾਰਡਸ ਨੇ 5-4, ਉਹਨਾਂ 'ਚ ਰਹਿਣ ਵਾਲੇ, ਉਹਨਾਂ ਨੂੰ ਇਹਦੇ 'ਚ ਕੀ ਪ੍ਰੋਬਲਮ ਲੱਗਦੀ ਹੈ? ਕੀ ਜਿਹੜੇ ਓਰਿਜਨਲ ਕੰਸਰਨ ਸੀਗੇ ਜਦੋਂ ਬਾਅਦ 'ਚ ਫਿਰ ਸਿਟੀ ਨੇ ਚੇਂਜ ਕੀਤਾ, ਉਸ ਤੋਂ ਬਾਅਦ
ਉਹਨਾਂ ਨੂੰ ਕੀ ਪ੍ਰੋਬਲਮ ਆਈ ਹੈ, ਹੁਣ ਉਹ ਕੀ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਕੀ ਪ੍ਰੋਬਲਮ ਹੈ, ਇਹ ਅਸੀਂ ਸੁਣਨਾ ਚਾਹੁੰਦੇ ਹਾਂ। ਜਿਹੜੇ ਉੱਥੇ ਰਹਿੰਦੇ ਨੇ ਨਾ ਵਾਰਡ 'ਚ, ਤਾਂ ਜਿਨ੍ਹਾਂ ਨੇ ਡਾਇਰੈਕਟਲੀ ਇਹਨੂੰ ਐਕਸਪੀਰੀਅੰਸ ਕੀਤਾ, ਇਹਦੇ ਨਾਲ ਇਸ ਪ੍ਰੋਜੈਕਟ ਪਾਇਲਟ ਦੇ ਤਹਿਤ ਉਹਦੇ ਨਾਲ ਉਹਨਾਂ ਦਾ ਵਾਹ ਪਿਆ ਇੰਸਪੈਕਸ਼ਨ ਨਾਲ ਜਾਂ ਹੋਰ ਚੀਜ਼ਾਂ ਨਾਲ, ਤੁਹਾਨੂੰ ਕਿਸ ਚੀਜ਼ ਲਈ ਫਾਈਨ ਕੀਤਾ ਗਿਆ, ਉਹਦੇ ਤੁਹਾਨੂੰ ਕੀ ਇਤਰਾਜ਼ ਹੈ, ਇਹਦੇ ਬਾਰੇ ਜੇ ਤੁਸੀਂ ਆਪਣੇ ਕੰਸਰਨ ਸ਼ੇਅਰ ਕਰ ਸਕੋ ਤਾਂ ਅਸੀਂ ਉਸ ਨੂੰ ਸੁਣਨਾ ਚਾਹਾਂਗੇ ਸਾਰੇ। ਵਿਸ਼ਾਲ ਜੀ ਨੇ ਸਭ ਤੋਂ ਪਹਿਲਾਂ, ਵਿਸ਼ਾਲ ਜੀ ਤੁਸੀਂ ਕਰੋ ਗੱਲ। ਜਸਪ੍ਰੀਤ ਜੀ, ਥੈਂਕ ਯੂ। ਕੈਨ ਆਈ ਟਾਕ ਇਨ ਹਿੰਦੀ? ਹਾਂਜੀ ਹਾਂਜੀ, ਹਿੰਦੀ ਚ ਬਾਤ ਕਰੋ ਤੁਸੀਂ। ਹਾਂਜੀ ਬਾਜੀ, ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈ, ਤੋ ਮੈਂ ਜੋ ਨਾਨ ਕੰਪਲੈਂਟ ਯੂਨਿਟ ਹੈ ਉਸਕੇ ਲਿਏ ਮੈਂ ਇਹ ਸਪੋਰਟ ਕਰੂੰਗਾ, ਲੇਕਿਨ ਜੋ ਕੰਪਲੈਂਟ ਯੂਨਿਟ ਹੈ ਉਸਕੇ ਲਿਏ ਜੋ ਲੋਕ ਪ੍ਰੋਗਰਾਮ ਲੈ ਕੇ ਆਏ ਹੈ, ਮੈਂ ਉਸਕਾ ਅਪੋਜ ਕਰੂੰਗਾ। ਅਭੀ ਜੋ ਬੰਦਾ ਹੈ ਜੋ ਕੰਪਲੈਂਟ ਯੂਨਿਟ ਹੋਣੇ ਕੇ ਬਾਅਦ ਅਗਰ ਵੋ ਜੋ ਲਾ ਫੋਲੋ ਕਰ ਰਿਹਾ ਹੈ ਕਿ ਨਹੀਂ, ਵਾਟ ਇਜ਼ ਰਿਸਪੈਕਟਿੰਗ ਦ ਕੈਨੇਡੀਅਨ ਲਾ, ਯਾ ਸੋ ਹੀ ਇਜ਼ ਗੋਇੰਗ ਇਨ ਅ ਸਿਟੀ ਟੇਕਿੰਗ ਆਲ ਦ ਪਰਮਿਸ਼ਨ ਐਂਡ ਐਵਰੀਥਿੰਗ ਐਂਡ ਹੀ ਇਜ਼ ਮੇਕਿੰਗ ਦ ਯੂਨਿਟ ਐਸ ਪਰ ਦ ਰਿਕੁਆਇਰਮੈਂਟ ਬਾਈ ਦ ਸਿਟੀ, ਯਾ ਸੋ ਵਾਈ how can he going to be destroying all the rules and regulations, because he wanted to follow the bylaws, yeah, and he's making the unit as per the city requirement. And even though like I make my unit legal, I'm paying the extra property. aap usi ward mein reh rahe hain jahan ye chal raha hai? nahi, main us ward mein nahi reh raha hu. fir to aapka to iske sath koi experience nahi hua na? lekin ये फ्यूचर में कभी भी आ सकता है ना, बिकॉज आई हैव सम फैमिली मेंबर्स कि वो जहाँ वहाँ पे रह रहे हैं, तो उनका ये पेन है जो मुझे भी होने वाला है फ्यूचर में, कि वो लोग प्रॉपर्टी टैक्स भी वो लोग एक्स्ट्रा पे कर रहे हैं कि भाई हाँ मैंने लीगल यूनिट बनाया तो सिटी वालों ने प्रॉपर्टी टैक्स एक्स्ट्रा कर दिया है, ठीक है। फिर मैं कल उठ के मैं जब मेरा रेंटल यूनिट हो रहा है तो मैं जो रेंटल इनकम भी मुझे आ रहे हैं वो मैं T4 में भी शो कर रहा हूँ, सो आई एम पेइंग टैक्स ऑन इट एज वेल। तो आपको फिर डर क्या है? आपने सब कुछ लीगलाइज किया तो आपको डर किस चीज का? इंस्पेक्टर आ भी जाएगा तो फिर आपने कोई वायलेशन तो है नहीं, आपको डर किस चीज का हुआ? नहीं, वायलेशन में क्या हो गया ना बाजी, कि मैंने जो सुने हैं इनके किस्से के भाई वो लोग आते हैं सो फॉर सम रीजन बिकॉज वी कैन नॉट गो टू द आवर हाउस एवरी डे, या मैंने पूरा हाउस मैंने रेंट पे दिया हुआ है तो मुझे पता नहीं है मेरे टेनेंट ने कल उठ के कल क्या कर दिया है, मेरा तो अलार्म वगैरह सब सिस्टम मैंने सब कुछ रखा हुआ था। For some reason, I am not able to go to visit my house. And for some reason, the tenant has taken out the fire alarm or anything. So rather than punishing the landlord, they are supposed to make a law like that. Even the tenant is also responsible. Okay. So aapki argument hai ki tenant ke saath khilaf bhi karwai honi chahiye. Yes, exactly. Theek hai, ye theek hai baat aapki. Thank you. Bahut bahut shukriya, Vishal ji. Agge ne ji, Kamal. Haan ji, Kamal ji, tusi karoga. Haan ji, satyakar bhaji. Satyakar. ਹਾਂ ਭਾਜੀ, ਆ ਵਿਸ਼ਾਲ ਜੀ ਵੀ ਵੈਸੇ ਸਹੀ ਆ ਕਿ ਕਿਹਾ, ਮੈਂ ਤੁਹਾਨੂੰ ਦੱਸਦਾ ਰਿਐਲਿਟੀ ਕੀ ਆ। ਕਿਸੇ ਨੇ, ਮੈਨੂੰ ਨੀ ਲੱਗਦਾ ਕੋਈ ਆਰ ਆਰ ਐਲ ਦੇ ਵਿੱਚ ਵੀ ਆਪਾਂ ਉੱਥੇ ਮੈਂ ਦੇਖਿਆ ਮੁਜ਼ਾਰਾ ਕਰਦੇ ਆ, ਇਹ ਸਲੂਸ਼ਨ ਦਾ ਹੀ ਹੈਗਾ ਇਹ। ਪਤਾ ਕੀ ਆ ਭਾਜੀ, ਹੁਣ ਬੰਦੇ ਰੱਖਿਆ ਮੈਂ 3 ਬੇਸਮੈਂਟ ਚ ਮੁੰਡੇ, ਉਹ ਭਾਜੀ ਅੱਠ ਜਾਂਦੇ ਆ ਵੀਕਐਂਡ ਦੇ, ਇਹ ਜੀ ਸਾਡੇ ਵੇਟਰ ਆ। ਮੈਂ ਉਹਨਾਂ ਨੂੰ ਕਿਹਾ ਭਾਜੀ ਜੀਰੋ ਵੇਟਰ ਅਲਾਊਡ ਆ ਮੇਰੇ ਵੱਲੋਂ, ਮੈਂ ਵੇਟਰ ਅਲਾਊਡ ਨਹੀਂ ਕਰਦਾ ਆਪਣੇ ਘਰ। ਉਹ ਇੱਥੇ ਵੇਟਰ ਪੂਰੀ ਰਾਤ ਸੌਂਦੇ ਨੇ, ਤਿੰਨ ਤਿੰਨ ਦਿਨ, ਇਹ ਜੀ ਸਾਡਵਰੀ ਤੋਂ ਆਇਆ ਜੀ ਸਾਡਾ ਫਰੈਂਡ, ਇਹ ਜੀ ਨਗਰਾਬਾਦ ਤੋਂ ਆ ਗਿਆ। ਮੈਂ ਕਿਹਾ ਭਾਜੀ ਇਹ ਹੋਟਲ ਨਹੀਂ ਹੈਗਾ, ਤੁਸੀਂ ਸਾਰੇ ਨਾ ਜਿਹੜਾ ਬੰਦਾ ਇੰਨਾ ਕਰਜ਼ਾ ਲੈ ਕੇ ਘਰ ਲਿਆ ਉਹਦੇ ਤੇ ਸਿਟੀ ਵੀ ਆਪਣੇ ਕਾਰ ਸ਼ੋਅ ਵੀ ਉਹਦੇ ਤੇ ਨਾ ਕਰੋ, ਇਹ ਟੈਨੈਂਟ ਹੀ ਰਿਸਪੋਂਸੀਬਲ ਆ 100%। ਮੈਂ ਕਹਿ ਰਿਹਾ ਮੈਂ 3 ਬੰਦੇ ਰੱਖਣੇ ਆ, 2 ਬੰਦੇ ਰੱਖਣੇ ਆ, ਉਹ ਭਾਜੀ 10 ਆ ਰਹੇ ਨੇ। ਇੱਥੇ ਉਹਦਾ ਇਲਾਜ ਕੀ ਹੈ ਫਿਰ? ਇਲਾਜ ਕੀ ਹੈ? ਇਲਾਜ ਇਹ ਆ ਭਾਜੀ, ਇੱਕ ਤਾਂ ਰੈਂਟ ਇਹਨਾਂ ਦਾ 900 ਹੋਣਾ ਚਾਹੀਦਾ, ਘੱਟੋ ਘੱਟ 1% 900, ਅੱਜ ਦਾ ਸਟੈਂਡਰਡ ਲਾਈਫ ਘੱਟੋ ਘੱਟ 900 ਤੇ ਅਫੋਰਡ ਕਰਦੇ ਆ। 400-300 ਬੰਦੇ
ਵਾੜੀ ਜਾਂਦੇ ਆ, ਉਹ ਬੰਦੇ ਜ਼ਿਆਦਾ ਵਾੜਦੇ ਨੇ, ਮੋਰਗੇ 7,000 ਆ, ਉਹ ਪੂਰਾ ਨਹੀਂ ਹੁੰਦਾ। ਜੇ ਤੁਸੀਂ 900 ਨੂੰ ਬੰਦੇ ਰੱਖੋਗੇ ਭਾਜੀ, ਭਾਵੇਂ 3 ਬੰਦੇ ਥੱਦੇ ਤੇ 6-5 ਤੇ, 4 ਬੈਡਰੂਮ ਤੁਹਾਡਾ ਘਰ ਆ, ਇੱਕ ਮਾਸਟਰ ਬੈਡਰੂਮ ਚ 2 ਹੋ ਗਏ, ਤੇ ਦੱਸੋ ਮੈਨੂੰ ਕਿੰਨੇ ਪੈਸੇ ਹੋ ਗਏ? 7,000 ਹੋ ਗਿਆ ਤੁਹਾਡਾ, ਤੇ ਤੁਹਾਨੂੰ ਲੋੜ ਹੀ ਨੀ ਇੰਨਾ ਕਢਵਾਉਣ ਖਾਨਾ ਪਾਉਣ ਦੀ। ਰੈਂਟ ਵਧਾਓ, ਰੈਂਟ $1,000 ਮਿਨੀਮਮ, 1% ਰੈਂਟ $1,000 ਚਾਹੀਦਾ। ਮੈਂ ਕਹਿੰਦਾ ਕਿਸੇ ਵੀ ਘਰ ਚ ਨੀ ਕਰਾਊਡ ਹੋਣਾ, ਰੈਂਟ ਤਾਂ 300 ਦਿੰਦੇ ਆ, ਉਹ ਗਰੁੱਪ ਬਣ ਬਣ ਕੇ ਆਉਂਦੇ ਆ, ਠੀਕ ਆ, ਇੱਕ 2-2 ਸੌਂਦੇ ਆ ਰੂਮ ਚ, 2-2 ਸੌਣ ਭਾਜੀ, ਸਟੈਂਡਰਡ ਲਾਈਫ ਆ, 2-2 ਸੌਣਾ ਰੂਮਾਂ ਚ, ਤਾਂ ਹੀ ਤਾਂ ਹੁਣ ਰੌਲਾ ਪਿਆ ਹੋਇਆ ਜੀ। ਫਿਰ ਹੁਣ ਕਿੱਦਾਂ, ਕਿਸ ਤਰ੍ਹਾਂ ਦੀ ਲਾਈਫ ਹੋ ਗਈ ਆ? ਹਾਂਜੀ, ਲੈਂਡ ਲੋਡ ਨਹੀਂ ਅਲਾਊਡ ਕਰਦਾ, ਉਹ ਕਹਿੰਦਾ ਮੈਂ 1400 ਨੂੰ ਕਮਰਾ ਦੇਣਾ, ਉਹ ਕਹਿੰਦੇ ਸਰ ਅਸੀਂ 3 ਅਫੋਰਡ ਕਰਦੇ ਆ, ਹੈਨਾ, ਉਹ ਫਿਰ ਵੀ ਕਹਿੰਦਾ ਵੀ 3 ਵਾਸਤੇ ਨਹੀਂ, 2 ਵਾਸਤੇ ਆਓ ਤੁਸੀਂ 1400 ਚ ਵੀ, ਠੀਕ ਆ। ਇਸ ਕਰਕੇ ਮੇਨ ਮੁੱਦਾ ਜਿਹੜੀ ਸਟੈਂਡਰਡ ਆਫ ਰਿਕੁਆਇਰ, ਤਾਂ ਹੀ 20,000 ਕੀਤਾ ਨਾ ਭਾਜੀ, ਹੁਣ ਉਹ ਕਹਿੰਦੇ ਸਾਨੂੰ ਪੁਆਇੰਟ ਨੀ, ਸਾਡਾ ਬੋਰਡ ਹੁੰਦਾ, ਤੁਹਾਨੂੰ ਜੋਬਾਂ ਨੀ ਮਿਲਦੀਆਂ, ਤਾਂ ਹੀ 20,500 ਕੀਤੀ ਨਾ, ਹੁਣ ਸਟੈਂਡਰਡ ਲਾਈਫ ਕੀਤਾ ਨਾ, ਹੁਣ ਅਸੀਂ ਹੁਣ ਜਿਹੜਾ ਅੱਜ ਸਟੂਡੈਂਟ ਦਾ 20,500 ਲੈ ਕੇ, ਉਹ ਸਟੈਂਡਰਡ ਰਿਕੁਆਇਰ ਕਰਦਾ ਵਿਦਆਊਟ ਜੋਬ, ਉਹ ਅਫੋਰਡ ਕਰਦਾ ਉਹਨੂੰ ਕਮਰੇ ਨੂੰ 900 ਦੇ। ਥੈਂਕ ਯੂ ਕਮਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਰਾ ਹੀ ਪਤਾ, ਸਭ ਪਤਾ ਇਹਨਾਂ ਨੂੰ ਕਿੱਦਾਂ ਹੋਣਾ ਆ, ਉਹ ਸਿਟੀ ਵੀ ਗੱਲ ਚ ਕੁੱਠਾ ਦੇਈ ਜਾਂਦੀ ਆ ਲੈਂਡਲੋਰਡ ਦੇ, ਇਹ ਟੈਨੈਂਟ ਵੀ ਅਸੀਂ ਜੀ ਇਹਦਾ ਵੇਟਰ ਆ ਗਿਆ, ਵੇਟਰ ਆ ਗਿਆ, ਨਹਾਉਂਦੇ ਆ, ਰੋਟੀਆਂ ਬਣਾਉਂਦੇ ਆ, ਮੁਰਗੇ ਬਣਾਉਂਦੇ ਆ, ਉਹ ਸਾਰੀ ਕੋਸਟ, ਉਦੋਂ ਜ਼ਿਆਦਾ ਤਾਂ ਤੁਹਾਨੂੰ ਕੋਸਟ ਆ ਜਾਂਦੀ ਆ। ਮੈਂ ਤਾਂ ਕਹਿੰਦਾ ਬਿਜ਼ਨਸ ਇਹ ਫੇਲੀਅਰ ਆ, ਇਹ ਤਾਂ ਚਾਹੀਦਾ ਨਹੀਂ ਇਹਨਾਂ ਨੂੰ, ਆਪੇ ਗੋਰਿਆਂ ਦੀਆਂ ਅਪਾਰਟਮੈਂਟਾਂ ਜਾਣ 25-25 ਸੌ ਨੂੰ, ਉੱਥੇ ਕੈਮਰਾ ਲੱਗਾ ਹੁੰਦਾ, ਚੱਪਲਾਂ ਪਾਈਆਂ ਵੀ ਅਗਲੇ ਦੇਖਦੇ ਆ ਇਹਨਾਂ ਦੀਆਂ। ਤੇ ਠੀਕ ਹੈ ਜੀ ਕਮਲ ਜੀ, ਬਹੁਤ ਬਹੁਤ ਸ਼ੁਕਰੀਆ। ਅੱਗੇ ਨੇ ਜੀ ਗੁਰਜੀਤ। ਹਾਂਜੀ ਗੁਰਜੀਤ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮੈਂ ਰਹਿੰਦਾ 5 ਵਾਰਡ ਦੇ ਵਿੱਚ, ਅਰਵੀਨਾ ਸਾਡੇ ਆ ਨਾ ਜੀ, ਇੱਥੋਂ ਕੌਂਸਲ ਹੈ ਨਾ। ਮੈਂ ਭਾਜੀ ਬੇਸਮੈਂਟ ਬਣਾਈ ਆ ਸਿਟੀ ਤੋਂ ਪਾਸ ਕਰਾ ਕੇ, ਹੈ ਨਾ, ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ। ਸਿਟੀ ਦਾ ਜਿਹੜਾ ਪ੍ਰੋਗਰਾਮ ਹੈ ਵਧੀਆ ਆਇਆ ਜੀ, ਉਹ ਆਉਂਦੇ ਆ ਇੰਸਪੈਕਸ਼ਨ ਕਰਕੇ ਚੱਲ ਜਾਂਦੇ ਆ, ਜੇ ਤੁਸੀਂ ਸਹੀ ਢੰਗ ਨਾਲ ਭਾਜੀ ਕਰਦੇ ਆ, CRA ਨੂੰ ਦੱਸਦੇ ਆ ਕਿ ਮੈਂ ਕੀ ਰੈਂਟ ਲੈਣਾ, ਕਿੰਨਾ ਹੈਗਾ, ਹੈ ਨਾ, ਲਾਇਸੈਂਸ ਲੈਂਦੇ ਆ, ਕੋਈ ਪ੍ਰੋਬਲਮ ਨਹੀਂ ਹੈਗੀ ਭਾਜੀ, ਤੁਹਾਡੇ ਕੋਲ ਕਿੰਨੀਆਂ ਪਾਰਕਾਂ, ਤੁਸੀਂ ਸਾਰਾ ਐਡ ਕਰੋ, ਉਹਨਾਂ ਨੇ ਉੱਥੇ ਕਾਲਮ ਦਿੱਤਾ ਉਹ 'ਚ ਭਰੋ, ਹੈ ਨਾ ਭਾਜੀ, ਅਸੀਂ ਗਲਤ ਕੰਮ ਤਾਂ ਆਪ ਕਰਦੇ ਹਾਂ, ਹੈ ਨਾ, 20-25 ਸਾਡਾ ਕਸੂਰ ਆ ਭਾਜੀ, ਇਹ ਬਾੜਿਓ ਤੁਸੀਂ, ਦੋ ਜਿੰਨੇ ਸਿਟੀ ਕਹਿੰਦੀ ਆ 4 ਰੱਖੋ, 4 ਬੰਦੇ ਰੱਖ ਲਓ, 2 ਬੈਡਰੂਮ 'ਚ। ਹਾਂਜੀ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਦਿਸੀ, ਸਿਟੀ ਵਧੀਆ ਕੰਮ ਕਰਦੀ ਹੈ ਜੀ ਇਸ ਪੱਖੋਂ, ਤਾਂ ਉਹਨਾਂ ਨੂੰ ਬਸ ਆਹੀ ਆ ਪ੍ਰੋਪਰਟੀ ਟੈਕਸ ਨਾ ਵਧਾਉਣ ਸਾਡਾ ਜੀ, ਇਹ ਪਤਾ ਨਹੀਂ ਕੱਲ੍ਹ ਹੀ ਵਧਾਈ ਜਾਂਦੇ ਆ, ਬਾਕੀਆਂ ਕਰਕੇ ਸਾਡੇ ਵੀ ਟੀਕਾ ਲੱਗਦਾ ਜੀ ਇਹਨਾਂ ਲੋਕਾਂ ਕਰਕੇ, ਇਹ ਜ਼ਿਆਦਾ ਜੀ, ਇਹ ਜਿਹੜੇ ਸਾਡੇ ਨਾ ਲਾਲਚੀ ਲੋਕ ਆ ਰੀਅਲ ਸਟੇਟ ਵਾਲੇ, ਉਹਨਾਂ ਨੇ ਕੰਮ ਖਰਾਬ ਕੀਤਾ ਜੀ, ਜਿਹੜੇ ਇਹ ਬਿਜ਼ਨਸ ਥੋੜ੍ਹਾ ਆ ਭਾਜੀ, ਘਰ ਰਹਿਣ ਨੂੰ ਹੁੰਦਾ ਠੀਕ ਆ, ਤੁਹਾਨੂੰ ਬੇਸਮੈਂਟ ਬਣਾ ਲਈ ਆ, ਜੇ ਕੋਈ ਰਿਸ਼ਤੇਦਾਰ ਕੋਈ ਜਾਣ ਪਛਾਣ ਵਾਲੇ ਘਰ ਰੱਖ ਲਓ, ਜੇ ਕਿਸੇ ਨੂੰ ਲੋੜ ਆ ਆਪਣੀ, ਹੈ ਨਾ ਭਾਜੀ, ਸਿਟੀ ਨੂੰ ਵੀ ਚਾਹੀਦਾ $1,500 ਰੈਂਟ ਇਹ ਫਿਕਸ ਕਰਨਾ ਚਾਹੀਦਾ, ਕਾਨੂੰਨ ਬਣਾਉਣਾ ਚਾਹੀਦਾ ਕਿ ਕੋਈ ਵੀ ਬੰਦਾ ਇੱਥੇ 1,500 ਤੋਂ ਜ਼ਿਆਦਾ ਰੈਂਟ ਨਾ ਲੈ ਸਕੇ 2 ਬੈਡਰੂਮ ਦਾ ਬੇਸਮੈਂਟ ਦਾ, ਇਹ ਤਾਂ ਲੈਂਦੇ 4,000, 3,000 ਭਾਜੀ, 2,500, ਹੈ ਨਾ। ਹਾਂਜੀ, ਇਹ 'ਚ ਕੋਈ ਪ੍ਰੋਬਲਮ ਨਹੀਂ, ਵਧੀਆ ਪ੍ਰੋਗਰਾਮ ਭਾਜੀ, ਮੈਂ ਸਪੋਰਟ ਕਰਦਾ ਸਿਟੀ ਦੀ, ਇਸ ਗੱਲੋਂ ਸਿਫਤ ਆ ਜੀ, ਇਹ ਗੰਦ ਚੱਕਿਆ ਜਾਊਗਾ ਜਿਹੜਾ ਪਿਆ ਜੀ ਇੱਥੇ। ਥੈਂਕ ਯੂ ਗੁਰਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਸੱਗੂ ਹੋਰਾਂ ਦਾ ਮੈਸੇਜ ਹੈ ਕਿ ਮੈਂ ਵਾਰਡ 4 'ਚ ਕਹਿੰਦੇ ਰਹਿੰਦਾ ਅਤੇ ਕਾਫੀ ਸਕਸੈਸਫੁੱਲ ਆ ਇਹ, ਕਿਉਂਕਿ ਜਿਹੜੀਆਂ ਰੈਂਟਲ ਪ੍ਰੋਪਰਟੀਜ਼ ਨੇ ਉਹ ਹੁਣ ਬੈਟਰ ਮੈਨੇਜ ਹੋ ਰਹੀਆਂ, ਲੋਕ ਘਾਹ ਕੱਟ ਰਹੇ ਨੇ ਅਤੇ ਗਾਰਬੇਜ ਡਿਸਪੋਜ਼ਲ ਪ੍ਰੋਪਰ ਹੈ, ਅਤੇ ਸੋ ਠੀਕ ਹੋ ਰਿਹਾ, ਉਹਦਾ ਚੰਗਾ ਇੰਪੈਕਟ ਕਹਿੰਦੇ ਪਿਆ। ਅਤੇ ਫੋਨ ਦੇ ਉੱਤੇ ਅੱਗੇ ਨੇ ਜੀ ਸਾਡੇ ਨਾਲ ਆਜ਼ਾਦ ਗੋਇਤ। ਹਾਂਜੀ ਆਜ਼ਾਦ ਜੀ। ਜੀ ਸਮੀਰ ਜੀ, ਸਭ ਤੋਂ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਕਿਵੇਂ ਚੱਲ ਰਿਹਾ ਇਹ ਪ੍ਰੋਗਰਾਮ ਤੁਹਾਡਾ, ਕੀ ਇਹਦੇ ਬਾਰੇ? ਦੇਖੀਏ ਸਮੀਰ ਜੀ, ਮੈਂ ਇਹ ਜੋ ਵੀ ਕੋਈ ਗੱਲ ਕਹਿਣ ਤੋਂ ਪਹਿਲਾਂ 2-3 ਗੱਲਾਂ ਕਹਿੰਦਾ ਕਿ
ਜੋ ਅਸੀਂ ਪ੍ਰੋਟੈਸਟਰਸ ਹੈ, ਜਿਤਨੇ ਵੀ ਪ੍ਰੋਟੈਸਟਰਸ ਹੈ, ਉਹ ਅਸੀਂ ਕੰਪਲਾਇੰਟ ਪ੍ਰੋਟੈਸਟਰਸ ਹਾਂ। ਅਸੀਂ ਕੋਈ ਇਲੀਗਲ ਪ੍ਰੋਟੈਸਟਰ ਨਹੀਂ ਹੈ ਕਿ ਵੀ ਅਸੀਂ ਅਸੀਂ ਸਾਡੀ ਇਲੀਗਲ ਡਿਵੈਲਿੰਗਸ ਹੈ ਜਾਂ ਅਸੀਂ ਇਲੀਗਲ ਰੈਂਟਿੰਗ ਕਰਦੇ ਹਾਂ। ਅਸੀਂ ਸਪੋਰਟ ਕਰਦੇ ਹਾਂ, ਅਸੀਂ ਸਪੋਰਟ ਨਹੀਂ ਕਰਦੇ ਓਵਰ ਕਰਾਊਡਿੰਗ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਵੀ ਇੱਕ ਗਰਤ ਹੈ, ਜਿੰਨੇ ਬੰਦੇ ਹੋਣੇ ਚਾਹੀਦੇ ਉਨੇ ਹੀ ਹੋਣੇ ਚਾਹੀਦੇ। ਉਸ ਚੀਜ਼ ਨੂੰ ਅਸੀਂ ਸਪੋਰਟ ਕਰਦੇ ਹਾਂ। ਅਸੀਂ ਕਦੇ ਵੀ ਜੋ ਜੋ ਲਿਟਰਿੰਗ ਹੈ ਗਾਰਬੇਜ ਉਹਨੂੰ ਸਪੋਰਟ ਨਹੀਂ ਕਰਦੇ। ਅਸੀਂ ਪੂਅਰ ਪ੍ਰੋਪਰਟੀ ਸਟੈਂਡਰਡ ਨੂੰ ਅਸੀਂ ਅਸੀਂ ਸਪੋਰਟ ਨਹੀਂ ਕਰਦੇ। ਅਸੀਂ ਬਿਲਕੁਲ ਇਹ ਸਹੀ ਗੱਲ ਕਹਿੰਦੇ ਹਾਂ ਵੀ ਅਗਰ ਇਹ ਇਸ਼ੂਜ਼ ਹੈ ਤਾਂ ਇਹ ਜੈਨੂਇਨ ਇਸ਼ੂਜ਼ ਹੈ, ਇਹ ਐਡਰੈਸ ਹੋਣੇ ਚਾਹੀਦੇ। ਲੇਕਿਨ ਕੰਸਰਨ ਸਾਰੇ ਸਾਡੇ ਦੂਜੇ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜੋ ਪ੍ਰੋਗਰਾਮ ਕੀ ਇੰਟੈਂਸ਼ਨ ਹੈ, ਜੋ ਇੰਟੈਂਟ ਹੈ, ਉਹ ਇਸਕੀ ਇੰਟੈਂਟ ਬੈਡ ਹੈ। ਬੈਡ ਕਿਉਂ ਹੈ? ਕਿਉਂਕਿ ਜਦੋਂ ਅਸੀਂ ਸਿਟੀ ਹਾਲ ਤੇ ਡੈਲੀਗੇਸ਼ਨ ਕੀਤਾ ਸੀ, ਪੈਟ੍ਰਿਕ ਬਰਾਊਨ ਸਾਹਿਬ ਨੇ ਓਪਨਲੀ ਇਹ ਬੋਲਿਆ ਥਾ ਡੈਲੀਗੇਸ਼ਨ ਸ਼ੁਰੂ ਹੋਣ ਤੋਂ ਪਹਿਲੇ ਕਿ ਬਈ ਲੀਗਲ ਲੈਂਡਲੋਰਡ ਨੋ ਟੂ ਵਰੀ, ਜਿਨਕੀ ਲੀਗਲ ਡਿਵੈਲਿੰਗਸ ਹੈ ਲੀਗਲ, ਨੋ ਨੀਡ ਟੂ ਵਰੀ, ਦਿਸ ਪ੍ਰੋਗਰਾਮ ਇਜ਼ ਆਟੋਮੈਟਿਕ, ਦੇਰ ਇਜ਼ ਨੋ ਫੀਸ, ਨੋ ਪੇਪਰ ਵਰਕ, ਯੂ ਆਰ ਗੁੱਡ ਐਂਡ ਨੋ ਵਨ ਵਿਲ ਇੰਸਪੈਕਟ ਯੂਅਰ ਪ੍ਰੋਪਰਟੀ ਜਦ ਤੱਕ ਤੁਹਾਡੀ ਕੰਪਲੇਂਟ ਨਹੀਂ ਆਉਂਦੀ। ਨਹੀਂ, ਮੈਨੂੰ ਇੱਕ ਮਿੰਟ, ਮੈਨੂੰ ਗੱਲ ਨੂੰ ਆਪਾਂ ਲੰਬਾ ਨਾ ਬਹੁਤਾ ਕਰੀਏ। ਮੈਨੂੰ ਦੱਸੋ ਤੁਹਾਡੀ ਪ੍ਰੋਪਰਟੀ ਲੀਗਲਾਈਜ਼ਡ ਹੈ, ਸਮਝ ਗਿਆ ਮੈਂ, ਹੁਣ ਤੁਸੀਂ ਪਰਮਿਟ ਵੀ ਲੈ ਲਿਆ। ਹਾਂਜੀ, ਜਦੋਂ ਪ੍ਰੋਪਰਟੀ ਤੁਹਾਡੀ ਲੀਗਲਾਈਜ਼ ਹੋ ਚੁੱਕੀ ਹੈ, ਤੁਸੀਂ ਸਾਰੇ ਜਿਹੜੇ ਕੋਡਸ ਨੇ ਪੂਰੇ ਕੀਤੇ ਹੋਏ ਨੇ, ਤੇ ਫਿਰ ਤੁਹਾਨੂੰ ਕਾਹਦਾ ਡਰ ਇੰਸਪੈਕਸ਼ਨ ਦਾ? ਨਹੀਂ, ਤੁਹਾਨੂੰ ਇੰਸਪੈਕਸ਼ਨ ਦਾ ਕੋਈ ਡਰ ਨਹੀਂ ਜੀ। ਲੇਕਿਨ ਇੱਕ ਹੈ ਫੋਰਸਡ ਐਂਟਰੀ, ਫੋਰਸਡ ਇੰਸਪੈਕਸ਼ਨ, ਉਹਦੇ ਨਾਲ ਕੀ ਹੋ ਜਾਊਗਾ? ਦੇਖੋ, ਨਹੀਂ ਨਹੀਂ, ਮੈਂ ਦੱਸਦਾ ਤੁਹਾਨੂੰ ਕੀ ਹੋਇਆ। ਮੈਂ ਇੱਕ ਰੀਅਲ ਐਗਜ਼ਾਮਪਲ ਦੱਸਦਾ ਕਿ ਇੱਕ ਇੱਕ ਪ੍ਰੋਪਰਟੀ ਟੈਨੈਂਟਿਡ, ਉੱਥੇ ਸਿਟੀ ਇੰਸਪੈਕਟਰ ਗਿਆ, ਉਸਨੇ ਡੋਰ ਨੂੰ ਬੈਂਕ ਕੀਤਾ, ਜੈਸੇ ਲਾਈਕ ਜੈਸੇ ਪੁਲਿਸ ਨਹੀਂ ਕਰਦੀ ਡੋਰ ਨੂੰ ਬੈਂਕ ਕਰਦੀ ਹੈ, ਉੱਥੇ ਡੋਰ ਨਹੀਂ ਖੁੱਲਿਆ, ਉੱਥੇ ਉਹ ਡੋਰ ਹੈਂਗਰ ਲਗਾ ਕੇ ਚਲਾ ਗਿਆ ਕਿ ਬਈ ਮੈਨੂੰ ਕੰਟੈਕਟ ਕਰੋ, ਮੈਂ ਇੰਸਪੈਕਸ਼ਨ ਕਰਨਾ ਹੈ। ਅਗਲੇ ਦਿਨ ਟੈਨੈਂਟ ਨੇ ਜੋ ਲੈਂਡਲੋਰਡ ਦਾ ਉਹਨੂੰ ਇਨਫੋਰਮ ਕੀਤਾ ਬਈ ਇਹ ਲੱਗਿਆ ਹੈ, ਤੁਸੀਂ ਕਾਲ ਕਰ ਲਓ, ਉਹਨੂੰ ਕਾਲ ਕਰਦੇ ਜੀ। ਨੈਕਸਟ ਡੇ ਉਹਨੂੰ ਟਿਕਟ ਆ ਗਈ, ਪ੍ਰੋਪਰਟੀ ਦਾ ਇੰਸਪੈਕਸ਼ਨ ਨਹੀਂ ਹੋਇਆ, ਉਹਨੂੰ $600 ਦੀ ਟਿਕਟ ਆ ਗਈ ਕਿ ਬਈ ਤੂੰ ਰੈਂਟਲ ਲਾਇਸੈਂਸ ਨਹੀਂ ਲਿੱਤਾ। ਇਹ ਵੀ ਸੁਣਨ ਚ ਆਇਆ ਹੈ ਅਬ ਉਹ ਰੇਜ ਅਸੀਂ ਉਹ ਇਸ਼ੂ ਰੇਜ ਕੀਤਾ, ਉਹ ਟਿਕਟ ਸਿਟੀ ਨੇ ਕੈਂਸਲ ਵੀ ਕੀਤੀ। ਇਹ ਫੋਰਸਡ ਐਂਟਰੀ ਨਹੀਂ ਹੈ, ਇਹ ਧੱਕਾ ਨਹੀਂ ਹੈ। ਅਗਰ ਤੁਸੀਂ ਇੰਸਪੈਕਸ਼ਨ ਕਰਨਾ ਹੈ ਤਾਂ ਸਾਨੂੰ ਟਾਈਮ ਦਿਓ, ਸਾਨੂੰ ਫੋਨ ਕਰੋ, ਅਸੀਂ ਕੰਪਲਾਇੰਟ ਹਾਂ, ਸਾਨੂੰ ਕੋਈ ਡਰ ਨਹੀਂ ਹੈ, ਕੋਈ ਇੰਸਪੈਕਸ਼ਨ ਦਾ ਡਰ ਨਹੀਂ ਹੈ। ਉਹਨਾਂ ਕੋਲ ਪਰਮਿਟ ਸੀਗਾ? ਨਹੀਂ, ਇੱਕ ਸੈਕਿੰਡ, ਉਹਨਾਂ ਕੋਲ ਪਰਮਿਟ ਸੀਗਾ, ਪਰ ਇਹਦੇ ਬਾਵਜੂਦ ਉਹ ਉਹਨਾਂ ਨੂੰ ਦੇ ਗਿਆ ਟਿਕਟ, ਕਿਉਂਕਿ ਇਹ ਕਹਿ ਕੇ ਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ। ਉਹਦੀ ਹਰਾਸਮੈਂਟ ਤਾਂ ਡੈਫੀਨੇਟਲੀ ਹੋਣੀ ਚਾਹੀਦੀ, ਇਹਦੇ ਚ ਤਾਂ ਕੋਈ ਸ਼ੱਕ ਹੀ ਨਹੀਂ ਹੈ, 100% ਤੁਹਾਡੇ ਨਾਲ ਸਪੋਰਟ ਹੋਏਗੀ ਸਭ ਦੀ। ਪਰ ਦੂਜਾ, ਅਸੀਂ ਬਾਰ ਬਾਰ ਇਹ ਕਹਿੰਦੇ ਹਾਂ ਸਿਟੀ ਨੂੰ ਕਿ ਵੀ ਜੋ ਫਾਲਟ ਹੁੰਦਾ ਹੈ 99% ਦਾ ਫਾਲਟ ਹੁੰਦਾ ਹੈ ਉਹ ਟੈਨੈਂਟ ਦਾ ਫਾਲਟ ਹੁੰਦਾ ਹੈ। ਅਗਰ ਮੰਨ ਲਓ ਆਪਾਂ ਇੱਕ ਘਰ ਰੈਂਟ ਤੇ ਦਿੰਦੇ ਹਾਂ,
ਉੱਥੇ ਆਪਾਂ ਕਹਿੰਦੇ ਹਾਂ ਵੀ ਮੈਂ ਆਪਣਾ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ, ਮੈਂ ਇੱਕ ਲੀਜ਼ 'ਤੇ ਘਰ ਲਾਇਆ, ਮਤਲਬ MLS ਤੋਂ ਲਾਇਆ, ਮੈਨੂੰ ਕੋਲ ਆਉਂਦੇ ਹਾਂ ਜੀ ਅਸੀਂ ਤਾਂ 8 ਬੰਦੇ ਹਾਂ, ਮੈਨੇ ਕਿਹਾ ਵੀ ਚਾਰ ਸੇ ਜ਼ਿਆਦਾ ਤਾਂ ਡੇਟ ਲੀਜ਼ ਨਹੀਂ ਹੋ ਸਕਦੇ, ਨਹੀਂ ਜੀ ਅਸੀਂ ਅਫੋਰਡ ਨਹੀਂ ਕਰ ਸਕਦੇ, ਤੋ ਜੋ ਫੋਰਸ ਨੇ ਦੇਖੋ ਇੱਕ ਹੁੰਦੀ ਹੈ ਓਵਰ ਕਰਾਊਡਿੰਗ ਲੈਂਡਲੋਰਡ ਕੀ ਕੰਸੈਂਟ ਹੈ, ਇੱਕ ਹੁੰਦੀ ਹੈ ਟੈਨੈਂਟ ਕੀ ਤਰਫ ਸੇ, ਜੇ ਤੁਸੀਂ ਚਾਰ ਬੰਦਿਆਂ ਨੂੰ ਰੈਂਟ ਦਿੰਦੇ ਉੱਥੇ 10 ਬੰਦੇ ਹੋ ਜਾਂਦੇ, ਮਤਲਬ ਲੈਂਡਲੋਰਡ ਦਾ ਉੱਥੇ ਕੀ ਹੈ, ਅਗਰ ਅਗਰ ਮੰਨ ਲਓ ਉਹ ਗੰਦ ਡਾਲਦੇ ਉਹ ਵਾਸ਼ਰੂਮ ਸਾਫ਼ ਨਹੀਂ ਕਰਦੇ ਉੱਥੇ 10 ਮੈਟਰ ਸਕਦੇ ਉੱਥੇ ਲੈਂਡਲੋਰਡ ਦੀ ਕੀ ਗਲਤੀ ਹੈ, ਉੱਥੇ ਅਗਰ ਅਗਰ ਉਹ ਗਾਹ ਨਹੀਂ ਕੱਟਦੇ ਤਾਂ ਉੱਥੇ ਲੈਂਡਲੋਰਡ ਦੀ ਕੀ ਗਲਤੀ ਹੈ, ਸੁਣੋ ਦੇਖੋ ਆਪਾਂ ਇੱਕ ਲੀਗਲ ਲੀਜ਼ ਜਿਹੜਾ ਲੈਂਡਲੋਰਡ ਟੈਨੈਂਟ ਐਕਟ ਹੈ ਨਾ, ਕਈ ਪ੍ਰੋਬਲਮਸ ਅਸਲ 'ਚ ਉਹਦੀਆਂ ਕ੍ਰੀਏਟ ਕੀਤੀਆਂ ਹੋਈਆਂ, ਹਾਂਜੀ, ਤੋ ਅਸੀਂ ਸਿਟੀ ਨੂੰ ਇਹ ਕਹਿੰਦੇ ਹਾਂ ਵੀ ਤੁਸੀਂ ਟੈਨੈਂਟ ਦੀ ਰਜਿਸਟਰੀ ਕਿਉਂ ਨਹੀਂ ਬਣਾਉਂਦੇ, ਜੋ ਵੀ ਟੈਨੈਂਟ ਹੈ ਬੈਡ ਟੈਨੈਂਟ ਹੈ ਉਸਕੀ ਰਜਿਸਟਰੀ ਬਣਾਓ, ਕੋਈ 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 ਜ਼ਿਆਦਾ ਰੱਖਦਾ ਤਾਂ ਕਿ ਕੋਈ ਵੀ ਬੰਦਾ ਲੈਂਡ ਜੋ ਹੈ ਤੁਸੀਂ ਲੈਂਡਲੋਰਡ ਦੀ ਰਜਿਸਟਰੀ ਬਣਾਓ, ਤੁਸੀਂ ਟੈਨੈਂਟ ਦੀ ਰਜਿਸਟਰੀ ਬਣਾਓ, ਜਿੰਨੇ ਵੀ ਦੇਖੋ ਫਿਰ ਮੈਂ ਅੱਜ ਕਹਿੰਦਾ ਕੋਈ ਵੀ ਲੈਂਡਲੋਰਡ, ਮੈਂ ਇੱਕ 2% ਦੀ ਗੱਲ ਨਹੀਂ ਕਰਦਾ, 99% ਦੀ ਗੱਲ ਕਰਦਾ, ਕੋਈ ਨਹੀਂ ਚਾਹੁੰਦਾ ਕਿ ਉਸਕੇ ਘਰ 'ਤੇ ਓਵਰ ਕਰਾਊਡਿੰਗ ਹੋ, ਉਸਕੇ ਘਰ ਦੀ ਪ੍ਰੋਪਰ ਮੈਂਟੇਨੈਂਸ ਨਾ ਹੋ, ਉਸ ਪੂਰਾ ਪ੍ਰੋਪਰਟੀ ਸਟੈਂਡਰਡ ਉਸੇ, ਕੋਈ ਨਹੀਂ ਚਾਹੁੰਦਾ ਇਸ ਚੀਜ਼ ਨੂੰ, ਠੀਕ ਹੈ ਨਾ। ਔਰ ਦੂਜਾ ਮੈਂ ਇੱਕ ਗੱਲ ਜੋ ਨਹੀਂ ਚਾਹੁੰਦਾ ਤਾਂ ਨਹੀਂ ਇੱਥੇ, ਫਿਰ ਹੋਈਆਂ ਕਿਉਂ ਨੇ, ਚਾਹੁੰਦੇ ਤਾਂ ਕੋਈ ਨਹੀਂ, ਮੈਂ ਮੰਨਦਾ ਤੁਹਾਡੀ ਗੱਲ, ਪਰ ਫਿਰ ਇਹ ਜਿਹੜੇ ਘਰਾਂ ਦੀਆਂ ਸਾਡੇ ਕੋਲ ਫੋਟੋਆਂ ਜਿਵੇਂ ਆ ਰਹੀਆਂ ਨੇ, ਲੋਕ ਬਾਥਰੂਮ ਵੀ ਰੈਂਟ ਆਊਟ ਕਰ ਰਹੇ ਨੇ, ਲੋਕਾਂ ਨੇ ਗੰਦਗੀ ਪਈ ਹੈ ਇੱਕ ਘਰ 'ਚ, ਕਿੰਨੇ ਕਿੰਨੇ ਲੋਕ ਰਹਿੰਦੇ ਨੇ, ਇਹ ਫਿਰ ਕੌਣ, ਕਿਸੇ ਹੋਰ ਪਲੈਨਟ ਤੋਂ ਆਏ ਹੋਏ ਲੋਕ ਨੇ? ਇਸੀ ਪਲੈਨਟ ਲੋਕ ਹੈ ਜੀ, ਇਹ ਬੈਡ ਐਪਲ ਹੈ, ਇਹਨੂੰ ਕਹਿ ਸਕਦੇ ਹਾਂ। ਲੇਕਿਨ ਤੁਸੀਂ ਇਹ ਦੇਖੋ, ਇਹ ਕਿਆ ਲੈਂਡਲੋਰਡ ਨੇ ਕਰਾਏ ਹੈ ਇਸਕੇ ਲਈ? ਲੈਂਡ ਅਗਰ ਜਿੱਥੇ ਦੇਖੋ ਲੈਂਡਲੋਰਡ ਓਵਰ ਕਰਾਊਡਿੰਗ ਕਰਦਾ ਉਹਨੂੰ ਟਿਕਟ ਦਿਓ, ਕੋਈ ਪ੍ਰੋਬਲਮ ਨਹੀਂ ਹੈ, ਜਿੰਨਾ ਫਾਈਨ ਹੋ ਸਕਦਾ ਉਹਨੂੰ ਕਰੋ। ਜਿੱਥੇ ਲੈਂਡਲੋਰਡ ਦਾ ਫਾਲਟ ਹੀ ਨਹੀਂ ਹੈ, ਤੁਸੀਂ ਤਾਂ ਖੂਬ ਦੇਖਿਆ ਵੀ ਆਪਾਂ ਥੋੜੇ ਬੰਦਿਆਂ ਨੇ ਕਰ ਦਿੰਦੇ, ਕਿੰਨੇ ਕਿੰਨੇ ਬੰਦੇ ਰਹਿੰਦੇ, ਸਾਡੀ ਕੋਈ ਸੁਣਾਈ ਨਹੀਂ ਹੁੰਦੀ ਉੱਥੇ। ਇਹ ਗੱਲ ਤੁਹਾਡੀ ਠੀਕ ਹੈ ਵੀ, ਮੈਂ ਇਹ ਗੱਲ ਮੰਨਦਾ ਵੀ ਇਹਦੇ 'ਚ ਔਰ ਇਹ ਬੇਸਿਕਲੀ ਪ੍ਰੋਵਿੰਸ ਦੀ ਆਰਗੂਮੈਂਟ ਵੀ ਇੱਥੋਂ ਹੀ ਸ਼ਾਇਦ ਨਿਕਲਦੀ ਹੈ, ਜੋ ਜਿੰਨੀ ਕੁ ਮੈਨੂੰ ਸਮਝ ਆਈ ਕਿ ਜਿਹੜੇ ਪ੍ਰੋਵਿੰਸ਼ੀਅਲ ਲਾਜ਼ ਨੇ, ਲੈਂਡਲੋਰਡ ਟੈਨੈਂਟ ਐਕਟ ਹੈ ਜਾਂ ਹੋਰ ਨੇ, ਉਹਨਾਂ ਦੇ ਤਹਿਤ ਸਿਟੀ ਇੰਸਪੈਕਟਰ ਜਾ ਕੇ ਜਾ ਹੀ ਨਹੀਂ ਸਕਦੇ ਸੀ ਇੰਸਪੈਕਸ਼ਨ ਕਰਨ ਉੱਥੇ, ਉਹਦੇ ਵਾਸਤੇ ਉਹਨਾਂ ਨੇ ਇਹ ਮੇਰੇ ਖਿਆਲ ਪਾਇਲਟ ਲਾਂਚ ਕੀਤਾ। ਅਤੇ ਦੂਜੇ ਪਾਸੇ ਹੁਣ ਜਿਹੜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਟੈਨੈਂਟਸ ਦੇ ਰਾਈਟ ਇੰਨੇ ਨੇ ਕਿ ਤੁਸੀਂ ਕੰਟਰੋਲ ਹੀ ਨਹੀਂ ਕਰ ਸਕਦੇ। ਔਰ ਦੂਜਾ ਜੋ ਇਹ ਪਿਕਚਰ ਲਾਈ ਹੈ, ਜਿੰਨੇ ਵੀ ਪਿਕਚਰ ਹੈ, ਇਹ ਜੋ ਲੀਗਲ ਡਿਵੈਲਪਿੰਗਸ ਹੈ ਉਹ ਰੈਂਟਲ ਹੋਈ ਉਨਕੀ ਪਿਕਚਰ ਹੈ, ਜੋ ਇਲੀਗਲ ਰੈਂਟਲ ਉਨਕੀ ਤਾਂ ਇਹ ਬਿਲਕੁਲ ਇਲੀਗਲ ਦੀਆਂ ਨੇ, ਆਬਵੀਅਸਲੀ ਉਹ ਤਾਂ ਦਿਸਦੀਆਂ ਹੀ ਕਿ ਜਿਹੜਾ ਬਾਥਰੂਮ 'ਚ ਤੁਸੀਂ ਬੈੱਡ ਕਿਵੇਂ ਲਾ ਸਕਦੇ ਹੋ। ਜਿੱਥੇ ਤੋਂ ਇਹ ਜੋ ਪ੍ਰੋਗਰਾਮ ਹੈ ਇਹ ਇਸਕੀ ਇੰਟੈਂਟ ਹੈ, ਇੰਟੈਂਟ ਇਹ ਹੋਣੀ ਚਾਹੀਦੀ ਜੋ ਇਲੀਗਲ ਹੈ, ਜੋ ਨੋਨ ਕੰਪਲਾਇੰਸ ਹੈ, ਉਹਨਾਂ ਨੂੰ ਕੰਪਲਾਇੰਸ ਕਿਸ ਤਰ੍ਹਾਂ ਕੀਤਾ ਜਾਊ। ਸਿਟੀ ਦਾ ਫੋਕਸ ਇਉਂ ਨਾ ਹੋਵੇ ਕਿ ਜਿਹੜੇ ਲੀਗਲਾਈਜ਼ ਨੇ, ਜਿਨ੍ਹਾਂ ਕੋਲ ਲਾਇਸੈਂਸ ਹੈ, ਉਹਨਾਂ ਨੂੰ ਤਾਂ ਤੁਸੀਂ ਇੰਸਪੈਕਸ਼ਨਾਂ ਕਰਦੇ ਰਹੋ, ਅਤੇ ਦੂਜੇ ਪਾਸੇ ਜਿਹੜੇ ਇਲੀਗਲ ਇਹ ਕੰਮ ਕਰ ਰਹੇ ਨੇ ਉਹਨਾਂ ਨੂੰ ਫਿਕਰ ਕੋਈ ਨਹੀਂ ਹੈ, ਤੁਸੀਂ ਬੇਸਿਕਲੀ ਉਹਨਾਂ ਨੂੰ ਪਨਿਸ਼ ਕਰ ਰਹੇ ਹੋ ਜਿਨ੍ਹਾਂ ਨੇ ਲਾਇਸੈਂਸ ਲਿਆ। ਸੋ ਇਹ ਗਲਤ ਮੈਸੇਜ ਸਿਟੀ ਇੰਸਪੈਕਟਰ ਦੇ ਰਹੇ ਨੇ ਜਾਂ ਸਿਟੀ ਦੇ ਰਿਹਾ ਕਿ ਜਿਹੜੇ ਲੋਕਾਂ ਨੂੰ ਇਉਂ ਲੱਗਣ ਲੱਗ ਗਿਆ ਕਿ ਲਾਇਸੈਂਸ ਲੈਣ ਦਾ ਮਤਲਬ ਮੁਸੀਬਤ ਆਪਣੇ ਗਲ ਪਾਉਣੀ ਤੇ ਇੰਸਪੈਕਟਰਾਂ ਨੂੰ ਘਰੇ ਬੁਲਾਉਣਾ। ਲੋਕ ਸਾਡਾ ਤਾਂ ਹੱਸਦੇ ਹੈ ਜੀ, ਕਹਿੰਦੇ ਤੁਸੀਂ ਲੀਗਲ ਕਰਾ ਲਓ ਪੇਸ਼ੈਂਟ, ਤੁਸੀਂ ਟਾਰਗੇਟ ਹੋ ਰਹੇ ਹੋ, ਅਸੀਂ ਤਾਂ ਆਰਾਮ ਨਾਲ ਬੈਠੇ, ਸਾਡੇ ਤੋਂ ਕੋਈ ਇੰਸਪੈਕਸ਼ਨ ਨਹੀਂ, ਸਾਡੇ ਘਰੇ ਨਹੀਂ। ਬਿਲਕੁਲ ਇਹ ਵੈਲਿਡ ਤੁਹਾਡੀ ਪੁਆਇੰਟ ਹੈ ਕਿ ਸਿਟੀ ਇਹ ਮੈਸੇਜ ਦੇ ਰਹੇ, ਸਿਟੀ ਇੰਸਪੈਕਟਰ ਔਰ ਸਿਟੀ ਦੇ ਕੌਂਸਲਰ ਨੂੰ ਇਹ ਗੱਲ ਸੁਣਨੀ ਚਾਹੀਦੀ ਹੈ ਕਿ ਤੁਸੀਂ ਲੋਕਾਂ ਨੂੰ ਇਹ ਮੈਸੇਜ ਦੇ ਰਹੇ ਹੋ
ਕਿ ਜੇ ਤੁਸੀਂ ਲੀਗਲ ਕਰਾ ਕੇ ਸਾਡੇ ਕੋਲੋਂ ਲਾਈਸੈਂਸ ਲਓਗੇ ਤਾਂ ਤੁਸੀਂ ਸਾਨੂੰ ਲਾਈਸੈਂਸ ਦੇ ਦਿੱਤਾ ਤੁਹਾਡੇ ਘਰ ਆ ਕੇ ਇੰਸਪੈਕਸ਼ਨ ਕਰਨ ਦਾ, ਜਿਹੜੇ ਲੋਕ ਇਲੀਗਲ ਕੰਮ ਕਰ ਰਹੇ ਨੇ ਉਹਨਾਂ ਕੋਲ ਉਹਨਾਂ ਦੀ ਇੰਸਪੈਕਸ਼ਨ ਕਰਨ ਦਾ ਸਾਡੇ ਕੋਲ ਟਾਈਮ ਹੀ ਨਹੀਂ ਜਾਂ ਸਾਡੇ ਕੋਲ ਇੰਸਪੈਕਟਰ ਨਹੀਂ। ਔਰ ਦੂਜਾ ਸੁਨੀਲ ਜੀ, ਜੋ ਇੱਕ ਐਡ ਕੇ ਆਪਾਂ ਗੱਲ ਕਰਦੇ ਹਾਂ, ਜੋ ਬੈਨੀਫਿਟ ਫੋਰ ਬੈਡ ਕਿ ਜੋ ਗੱਲ ਕਰਦੇ ਹਾਂ, ਜੋ ਸਿਟੀ ਕਹਿੰਦਾ ਵੀ ਪ੍ਰੋਸਟੀਟਿਊਸ਼ਨ ਦਾ ਉਹ ਕਰਦੇ ਹੈ, ਮੈਨੂੰ ਕੋਈ ਪੁੱਛਣ ਵਾਲਾ ਹੋ ਕਿ ਇੱਕ ਜੋ ਇਹ ਜੋ ਐਡ ਹੈ ਇਸਕੀ ਅਥੈਂਟਿਸਿਟੀ ਨਹੀਂ ਆਜ ਤੱਕ, ਤੁਸੀਂ ਏਦਾਂ ਠੇਕਾ ਸਾਰਿਆਂ ਦਾ ਨਾ ਲਓ, ਲੋਕ ਬਹੁਤ ਚੋਰੀਆਂ ਵੀ ਕਰਦੇ ਆ। ਮੈਂ ਸਿਰਫ ਐਡ ਦੀ ਗੱਲ ਕਰਦਾ ਜੀ, ਉਹ ਜੋ ਐਡ ਆਈ ਹੈ ਉਹ ਸਿਟੀ ਕਿਉਂ ਨੀ ਐਕਸ਼ਨ ਲੈਂਦਾ, ਪੀਰ ਪੁਲਿਸ ਕਿਉਂ ਨੀ ਉਸ ਤੇ ਕੇਸ ਰਜਿਸਟਰ ਕਰਦੀ, ਠੀਕ ਹੈ ਨਾ? ਬੰਦੇ ਰਹਿੰਦੇ ਆ ਉਹ ਓਨੇ ਬੰਦੇ ਰੱਖਣਗੇ ਜਿੰਨੇ ਫੈਮਿਲੀ ਚ ਅਲਾਓ ਕਰਦੇ ਆ, ਬੇਸਮੈਂਟ ਲੀਗਲ ਆ ਜਾਂ ਨਾਨ ਲੀਗਲ ਆ। ਹਾਂਜੀ, ਹਨਾ, ਹੁਣ ਗੱਲ ਆ ਗਈ ਅਫੋਰਡੇਬਿਲਿਟੀ ਦੀ। ਹਾਂਜੀ, ਹੁਣ ਜੇ ਵੀ ਇੱਕ ਬੇਸਮੈਂਟ ਮਤਲਬ $1,000 ਕੋਈ ਬੇਸਮੈਂਟ ਕੋਈ ਦੇਣਾ ਚਾਹੁੰਦਾ ਆ, ਉਹਨੂੰ ਜੇ ਦੋ ਜਣੇ ਅਫੋਰਡ ਕਰਨਗੇ ਤਾਂ 500 ਕਰਨਗੇ, ਰਾਈਟ? ਹੁਣ ਇਹ ਡਿਪੈਂਡਸ ਜਿਹੜਾ ਲੈਂਡਲੋਰਡ ਆ ਵੀ ਉਹ ਕਿੰਨਾ ਅਲਾਓ ਕਰ ਰਿਹਾ। ਹੁਣ ਜੇ ਤਾਂ ਬੰਦਾ ਉਹ ਵੱਧ ਬੰਦਾ ਅਲਾਓ ਕਰ ਰਿਹਾ ਉੱਥੇ ਰਹਿਣਾ, ਆਈ ਮੀਨ ਹੀ ਇਜ਼ ਅ ਸਲਮ ਲੈਂਡਲੋਰਡ, ਰਾਈਟ? ਸੋ ਬਾਕੀ ਸਟੈਂਡਰਡ ਆਫ ਲਾਈਫ ਜਿਹੜਾ ਪਰਸਨ ਉਹਨੂੰ ਜਾ ਕੇ ਬੇਸਮੈਂਟ ਦੇਖ ਰਿਹਾ, ਜੇ ਵਾਸ਼ਰੂਮ ਰੈਂਟ 'ਤੇ ਲੈ ਰਿਹਾ ਬੇਸ, ਰਾਈਟ? ਵੀ ਮੈਂ ਵਾਸ਼ਰੂਮ 'ਚ ਰਹਿਣਾ ਆ, ਉਹ ਆਪ ਡਿਸਾਈਡ ਕਰ ਰਿਹਾ, ਰਾਈਟ? ਤੁਹਾਡਾ ਘਰ ਕਿਹੜੇ ਵਾਰਡ 'ਚ ਆਪਣਾ ਹਰਜੋਤ ਜੀ? ਮੇਰੇ ਚਾਰ ਚ ਜੀ। ਤੁਹਾਡਾ ਵੀ, ਤੁਹਾਡੇ ਤੁਸੀਂ ਤੁਹਾਡੀ ਤੁਹਾਡੀ ਲੀਗਲਾਈਜ਼ਡ ਯੂਨਿਟ ਹੈ? ਮੇਰੀ ਵਨ ਹਾਊਸ ਹੈਗਾ, ਇੱਕ ਹੈ ਨੀਗਾ ਜਿਹੜਾ ਹੈਗਾ ਆ, ਉਹ ਸਾਡੇ ਕੋਲੇ ਚਾਰ ਬੰਦੇ ਰਹਿੰਦੇ ਆ। ਉੱਥੇ ਇਨਸਪੈਕਸ਼ਨ ਹੋਈ? ਕੋਈ ਇਨਸਪੈਕਸ਼ਨ ਹੈ ਹੋਈ ਨੀਗੀ, ਰਾਈਟ? ਹੋ ਜਾਣੀ ਆ। ਓਕੇ, ਬਟ ਪ੍ਰੋਬਲਮ ਇਜ਼ ਜਿਹੜੇ ਹੁਣ ਸਿਟੀ ਕਹਿ ਰਹੀ, ਜਦੋਂ ਪਤਾ ਲੱਗ ਰਿਹਾ ਵੀ ਦੇਅਰ ਕਮਿਟਰ ਈਚ ਐਂਡ ਐਵਰੀ ਹਾਊਸ, ਰਾਈਟ? ਹੁਣ ਆਪਾਂ ਨੂੰ ਉਹਨੂੰ ਦੇ ਰਹੇ, ਹੁਣ ਜਲ ਮੰਨ ਲਓ ਜਿਹੜੇ ਮੇਰੇ ਬੰਦੇ ਰਹਿ ਰਹੇ ਨੇ, ਜੇ ਉਹੀ ਗਲਤੀ ਕਰ ਰਹੇ, ਵਾਈ ਸ਼ੁਡ ਆਈ ਬੀ ਬਲੇਮਡ? ਜਾਂ ਤਾਂ ਸਿਟੀ ਪਹਿਲਾਂ ਜਿਹੜਾ ਆਪਣਾ ਇੰਟੀਰੀਅਰ ਹੈਗਾ ਉਹ ਚੇਂਜ ਕਰਨ, ਵੀ ਲੈਂਡਲੋਰਡਸ ਹੈਵ ਅ ਰਾਈਟਸ ਟੂ ਰਿਮੂਵ ਦ ਪੀਪਲ ਫਰਮ ਅ ਪ੍ਰੋਪਰਟੀ ਇਫ ਦੇ ਡੋਨਟ ਫੋਲੋ ਦ ਰੂਲਸ ਆਫ ਸਿਟੀ ਆਫ ਔਰ ਲੈਂਡਲੋਰਡ, ਰਾਈਟ? ਹੁਣ ਪੈਦਰ ਬਰਾਊਨ ਕਹਿ ਰਿਹਾ ਵੀ ਨਾ ਜੀ ਲੈਂਡਲੋਰਡ ਰਹਿਣ, ਅੱਜ ਤਾਂ ਜੀ ਕਿਸੇ ਨੂੰ ਜਗ੍ਹਾ ਦੇ ਰਿਹਾ ਰਹਿਣ ਦੇ ਲਈ, ਜੇ ਅਜੇ ਸਾਰੇ ਜਿਹੜੇ ਹੈਗੇ ਘਰ ਦੇ ਓਨਰ ਉਹ ਕਹਿਣ ਓਕੇ ਜੀ ਅਸੀਂ ਆਪਣੇ ਬੇਸਮੈਂਟ ਦੇਣੀ ਨਹੀਂ ਗੀ, ਅਸੀਂ ਆਪਣੇ ਘਰ ਦੇਣੀ ਨਹੀਂ ਹੈਗੇ, ਕੀ ਸਿਟੀ ਕਿਤੇ ਵੀ ਬੰਦੇ ਰੱਖ ਸਕਦੀ ਆ? ਆਲਰੇਡੀ ਆਪਣੇ ਜਿਹੜੇ ਆਪਣੀ ਕਮਿਊਨਿਟੀ ਦੇ ਬੰਦੇ ਆ, ਜਿਹੜੇ ਸਟੂਡੈਂਟ ਨਿਆਣੇ ਇੱਥੇ ਆ ਰਹੇ ਆ, ਅਫੋਰਡ ਨਹੀਂ ਕਰ ਰਹੇ, ਕੰਮ ਨਹੀਂ ਹੈਗਾ, ਉਹ ਪਾਰਿਆਂ 'ਚ ਰਹਿ ਰਹੇ ਨੇ। ਠੀਕ ਆ, ਸੋ ਫਸਟ ਥਿੰਗ ਇਜ਼ ਦੇ ਗਾਟਾ ਫਿਕਸ ਦੇਅਰ ਓਨ ਪ੍ਰੋਬਲਮ ਬਿਫੋਰ ਦੇ ਕਮ ਆਫਟਰ ਅਸ। ਆਈ ਹਾਰਡ ਵਰਕਿੰਗ ਆ, ਸਵੇਰ ਜਿਹੜਾ ਵੀ ਬੰਦਾ ਬਰਾਊਨ 'ਤੇ ਰਹਿੰਦਾ ਆ, ਮਿਲੇ ਮਿਲੇ ਦੇ ਘਰ ਨੇ ਉਹ ਬੰਦੇ, ਜਾ ਕੇ ਆਪਣੇ ਕੰਮ ਕਰਦੇ ਆ, ਟਰੱਕਾਂ 'ਤੇ ਜਾਂਦੇ ਆ, ਫੈਕਟਰੀ 'ਚ ਕੰਮ ਕਰਦੇ ਆ, ਉਹ ਸ਼ਾਮ ਨੂੰ ਆਉਂਦੇ ਆ, ਜੋ ਆਉਂਦੇ ਆ ਆਪਾਂ ਲਾਦਾ ਯੂ ਕੇ ਸਿਟੀ ਇੰਸਪੈਕਸ਼ਨ ਕਰਨਾ ਚਾਹੁੰਦੀ ਆ, ਹੁਣ ਕੰਮ ਤੋਂ ਟਾਈਮ ਆਫ ਕਰਕੇ ਅਸੀਂ ਪਹਿਲਾਂ ਇੰਸਪੈਕਸ਼ਨ ਕਰਾਈਏ। ਦੇਖੋ ਜੀ, ਇਹ ਬਿਜ਼ਨਸ, ਇਹ ਨਾ ਮੇਰੇ ਕੋਲ ਇੱਕ ਕਮੈਂਟ ਆਇਆ ਹੋਇਆ ਕਿ ਇਹ ਬਿਜ਼ਨਸ ਕਰਨ ਦੀਆਂ ਸਿਰਦਰਦੀਆਂ ਨੇ, ਜੇ ਤੁਸੀਂ ਬਿਜ਼ਨਸ ਕਰਨਾ ਇਹ ਸਿਰਦਰਦੀਆਂ ਲੈਣੀਆਂ ਪੈਣੀਆਂ। ਨਹੀਂ ਫਿਰ ਤਾਂ ਉਹ ਕਹਿਣ ਵੀ ਤੁਸੀਂ ਜਾਂ ਜਿਹਨੇ ਬਿਜ਼ਨਸ ਕਰਨਾ ਆ ਉਹ ਲਾਇਸੈਂਸ ਲਓ, ਹੈ ਨਾ? ਅਦਰਵਾਈਜ਼ ਬ੍ਰਾਂਟਨ ਦੇ ਵਿੱਚ ਕੋਈ ਬੰਦਾ ਬਿਜ਼ਨਸ ਰਹਿ ਨਹੀਂ ਸਕਦਾ ਹੈਗਾ। ਬਿਨਾਂ ਲਾਇਸੈਂਸ ਦੇ ਤਾਂ ਵੈਸੇ ਰਹਿਣਾ ਰਹਿ ਨਹੀਂ ਸਕਦਾ, ਪਰ ਇਹ ਹੈ ਕਿ ਵੀ ਉਹ ਹੁਣ ਇਹ ਪਰ ਇੰਪਲੀਮੈਂਟ ਨਹੀਂ ਕਰਦੇ ਕਾਨੂੰਨ ਉਹ। ਔਰ ਇਹ ਕਰਨਾ ਚਾਹੀਦਾ ਵੀ ਜੇ ਤੁਸੀਂ ਇਹ ਬਿਜ਼ਨਸ ਕਰਨਾ ਚਾਹੁੰਦੇ ਸਿਟੀ ਬ੍ਰਾਂਟਨ ਦੇ ਵਿੱਚ, ਨਹੀਂ ਸਹੀ ਗੱਲ ਤੁਹਾਡੀ, ਉਹਨਾਂ ਦੀ ਇਨਫੋਰਸਮੈਂਟ ਤਕੜੀ ਹੋਣੀ ਚਾਹੀਦੀ ਹੈ, ਫਿਰ ਤੁਸੀਂ ਕਰੋ ਜਿੰਨੇ ਇਲੀਗਲ ਨੇ ਪਹਿਲਾਂ ਬੰਦ ਕਰਾਓ ਉਹ।
ਹਾਂਜੀ ਸਰ, ਸਾਰੇ ਪਹਿਲਾਂ ਬੰਦ ਕਰੋ ਫਿਰ ਕਰੋ। ਬੈਕ ਇਨ ਦਾ ਡੇ ਸਰ, ਰਿਮੈਂਬਰ ਲਾਈਕ ਚਾਰ ਪੰਜ ਸਾਲ ਪਹਿਲਾਂ ਅਸੀਂ ਲੋਕ ਕੀਤਾ ਸੀਗਾ, ਲੀਗਲਾਈਜ਼ ਕਰਾਈਆਂ ਸੀਗੀਆਂ। ਜਿਹਨਾਂ ਨੇ ਕਰਾਈਆਂ ਨੇ ਉਹਨਾਂ ਨੂੰ ਲਾਇਸੈਂਸ ਦੇਣ ਦੀ ਕਿਉਂ ਲੋੜ ਹੈ ਜੀ, ਜੇ ਉਹਨਾਂ ਨੇ ਕੋਈ ਕੰਪਲੇਂਟ ਨਹੀਂ ਆਈ ਹੈਗੀ? ਉਹ ਤਾਂ ਖੈਰ ਚਲੋ ਬਾਅਦ ਵਿੱਚ ਵੀ ਕੰਪਲੇਂਟ ਆ ਸਕਦੀ ਹੈ, ਕਿਉਂਕਿ ਜੇ ਲਾਇਸੈਂਸ ਲੈਣ ਤੋਂ ਬਾਅਦ ਇਹ ਤਾਂ ਨਹੀਂ ਕਿ ਵੀ ਉਹ ਹਮੇਸ਼ਾ ਉਹਨੇ ਲੀਗਲਾਈਜ਼ ਕਰਾਉਣ ਤੋਂ ਬਾਅਦ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆ ਸਕਦੀ। ਆ ਸਕਦੀ ਹੈ, ਤੁਹਾਡੇ ਅਲਾਰਮ ਖਰਾਬ ਹੋ ਸਕਦੇ ਨੇ, ਤੁਸੀਂ ਕੋਈ ਹੋਰ ਮੋਡੀਫਿਕੇਸ਼ਨ ਕਰ ਸਕਦੇ ਹੋ, ਇਸ ਕਰਕੇ ਇੰਸਪੈਕਟ ਕਰਨ ਦਾ ਤਾਂ ਰਾਈਟ ਹੈ ਸਿਟੀ ਦਾ। ਨਹੀਂ ਰਾਈਟ ਹੈਗਾ ਜੀ, ਪਰ ਜਿਹੜਾ ਬੰਦਾ ਟੈਨਰ ਰਹਿ ਰਿਹਾ ਉਹਨੂੰ ਪਤਾ ਵੀ ਫਾਇਰ ਆਰਮ ਚਾਹ ਨਹੀਂ ਰਿਹਾ, ਹੈ ਨਾ, ਉਹ ਲੈ ਜੇ ਲੈਂਡਲੋਰਡ ਨਹੀਂ ਸੁਣਦਾ ਹੈਗਾ, ਦੈਨ ਦੇ ਸ਼ੁਡ ਕਾਲ ਅ ਸਿਟੀ ਟੈਲ ਦਮ ਹੇ ਮਾਈ ਲੈਂਡਲੋਰਡ ਇਜ਼ ਨਾਟ ਲਿਸਨਿੰਗ ਟੂ ਮੀ, ਆਈ ਨੀਡ ਟੂ ਗੈਟ ਦ ਰਿਸਪੈਕਟ ਬਿਕੋਜ਼ ਫॉर ਮਾਈ ਸੇਫਟੀ। ਉਹ ਜੇ ਅਸੀਂ ਬੇਸਮੈਂਟ ਜਾਂਦੇ ਨਹੀਂ ਹੈ ਕਿ ਸਾਨੂੰ ਕੀ ਪਤਾ ਜੀ ਬੇਸਮੈਂਟ 'ਚ ਬਲਬ ਖਰਾਬ ਹੋ ਗਿਆ ਜਾਂ ਫਾਇਰ ਅਲਾਰਮ ਖਰਾਬ ਹੋ ਗਿਆ, ਜੇ ਸਾਨੂੰ ਕਿਸੇ ਦੱਸਣਾ ਹੀ ਨਹੀਂਗਾ। ਹਾਂਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਕਾਲ ਕੀਤੀ ਹੈ ਤੇ ਟਾਈਮ। ਇੱਕ ਲਾਸਟ ਜੀ, ਹਾਂਜੀ ਇੱਕ ਲਾਸਟ ਜੀ, ਇੱਥੇ ਤੁਹਾਨੂੰ ਪਤਾ ਜੀ ਆਪਾਂ ਕਹਿੰਦੇ 24 ਆਵਰ ਨੋਟਿਸ ਦੇ ਕੇ ਆਪਾਂ ਬੇਸਮੈਂਟ 'ਚ ਜਾ ਸਕਦੇ ਹਾਂ, ਆਪਾਂ ਕਿਸੇ ਨੂੰ ਡਿਸਟਰਬ ਨਹੀਂ ਕਰ। ਹੁਣ ਜੀ ਜਿਹੜਾ ਮੇਰਾ ਜਿਹੜਾ ਟੈਨੈਂਟ ਆ ਉਹ ਕਹਿ ਰਿਹਾ ਤੁਸੀਂ ਮੇਰੇ ਬੇਸਮੈਂਟ 'ਚ ਐਂਟਰ ਨਹੀਂ ਕਰ ਸਕਦੇ, ਉੱਥੇ ਮੈਂ ਕੀ ਕਰੂੰਗਾ? ਅੱਛਾ, ਈਵਨ ਤੁਸੀਂ 24 ਘੰਟੇ ਦਾ ਨੋਟਿਸ ਦੇ ਕੇ ਵੀ ਨਹੀਂ ਜਾ ਸਕਦੇ? ਹਾਂਜੀ, ਨਹੀਂ ਚੱਲ ਉਹਦਾ ਹੀ ਉਹਦੇ ਡਿਸੀਜ਼ਨ ਆ ਨਾ, ਆਪਾਂ ਓਨਲੀ ਆਪਾਂ ਵਨ ਟਾਈਮ ਜਾ ਸਕਦੇ ਜੇ ਕੋਈ ਐਮਰਜੈਂਸੀ ਆ, ਵਿਦਆਊਟ ਗਿਵਿੰਗ ਦਮ ਐਨੀ ਨੋਟਿਸ। ਕੋਈ ਸਾਨੂੰ ਹੱਕ ਮਿਲ ਨਹੀਂ ਰਹੀ ਗਾਰਬੇਜ ਬਿਨ, ਪਹਿਲਾਂ ਕੋਈ ਕੌਂਸਲਰ ਕਹਿ ਰਿਹਾ ਸੀ ਗਾਰਬੇਜ ਬਿਨ ਤੁਹਾਨੂੰ ਐਕਸਟਰਾ ਮਿਲਣਗੇ, ਮੈਂ ਗਾਰਬੇਜ ਨਾਲ ਪੁੱਛਿਆ ਵੀ ਐਕਸਟਰਾ ਬਿਨ, ਉਹ ਕਹਿੰਦੇ ਗਾਰਬੇਜ ਬਿਨ ਤੁਹਾਨੂੰ ਕਿਹਨੇ ਕਹਿਤਾ ਉਸਨੂੰ ਗਾਰਬੇਜ ਬਿਨ ਐਕਸਟਰਾ ਦੇਵਾਂਗੇ? ਉਹ ਕਹਿੰਦੇ ਰੀਸਾਈਕਲ ਬਿਨ ਲੈਣੇ ਜਾਂ ਔਰਗੈਨਿਕ ਬਿਨ ਲੈਣੇ ਆ? ਸਾਨੂੰ ਦੱਸੋ, ਅਸੀਂ 2 ਮਹੀਨੇ ਚੈੱਕ ਕਰਕੇ ਤੁਸੀਂ ਕਿੱਦਾਂ ਉਹ ਕਰਦੇ ਹੋ, ਉਹ ਤੋਂ ਬਾਅਦ ਤੁਹਾਨੂੰ ਅਸੀਂ ਦੱਸਾਂਗੇ ਜੇ ਤੁਸੀਂ ਲੈ ਸਕਦੇ ਹੋ ਨਹੀਂ ਲੈ ਸਕਦੇ। ਉਹ ਰੀਸਾਈਕਲ ਐਂਡ ਔਰਗੈਨਿਕ ਗਾਰਬੇਜ ਫੋਰਗੈਟ ਇਟ ਦੇ ਸਰ। ਚਲੋ ਖੈਰ, ਉਹ ਡਿਫਰੈਂਟ ਇਸ਼ੂ ਹੈ। ਥੈਂਕ ਯੂ ਸੰਤੋ ਹਰਜੋਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਟਾਈਮ ਹੁਣ ਬਹੁਤ ਥੋੜ੍ਹਾ ਜੀ, ਮੈਨੂੰ ਲੱਗਦਾ ਹੈ ਕਿ ਆਖਰੀ ਕਾਲ ਹੀ ਹੋਏਗੀ ਜੀ। ਰਜਨੀਸ਼ ਜੀ, ਤੁਹਾਡੀ ਕਾਲ ਆਖਰੀ ਕਾਲ ਹੈ ਅਤੇ ਤੁਸੀਂ ਵੀ ਪਲੀਜ਼ 1 ਮਿੰਟ 'ਚ ਆਪਣੀ ਗੱਲ ਖਤਮ ਕਰਨਾ। ਸਰ ਜੀ, ਮੈਂ ਵਾਰਡ ਨੰਬਰ 5 'ਚ ਰਹਿ ਰਿਹਾ, ਰਵੀਨਾ ਸੈਂਟਰ ਮੇਰੀ ਕੌਂਸਲਰ ਹੈ, ਮੈਂ ਖੁਦ ਉਹਦਾ ਬਹੁਤ ਬੜਾ ਸਪੋਰਟਰ ਹਾਂ। ਲੇਕਿਨ ਸਰ ਮੇਰੇ ਨਾਲ ਪ੍ਰੋਬਲਮ ਇਹ ਆਈ ਹੈ, ਮੈਂ ਉੱਥੇ ਪ੍ਰੋਪਰਟੀ ਰੈਂਟ 'ਤੇ ਦੇ ਕੇ 3 ਮਹੀਨਿਆਂ ਲਈ ਚੜ ਗਿਰ ਗਿਆ ਸੀ। ਅੱਛਾ, ਲੀਜ਼ ਕਰਕੇ ਗਿਆ ਸੀ 3 ਮਹੀਨਿਆਂ ਲਈ। 3 ਮਹੀਨਿਆਂ ਦੇ ਵਿੱਚ ਉਹ ਲੜਕੀਆਂ ਨੇ ਗਾਰਬੇਜ ਪ੍ਰੋਪਰ ਟਾਈਮ ਤੇ ਬਾਹਰ ਗਿਰਿਆ ਨਹੀਂ ਹੈਗਾ, ਗਾਰਬੇਜ ਦੀ ਟਿਕਟ ਮੇਰੇ ਨਾਮ ਤੇ ਇਸ਼ੂ ਹੋਈ ਹੈ। ਉਹ ਤੋਂ ਬਾਅਦ ਮੈਂ ਹੁਣ ਜਦੋਂ ਵਾਪਸ ਆਇਆ, ਸਿਟੀ ਵਾਲੇ ਕਹਿੰਦੇ ਤੇਰੇ ਘਰ ਦੀ ਇੰਸਪੈਕਸ਼ਨ ਕਰਨੀ ਹੈ। ਮੈਂ ਮੁੰਡਿਆਂ ਨੂੰ ਕਿਹਾ ਮੈਨੂੰ ਪਹਿਲਾਂ ਘਰ 'ਚ ਇੰਸਪੈਕਸ਼ਨ ਇੱਕ ਵਾਰੀ ਆਪ ਕਰ ਲੈਣ ਦਿਓ, ਮੈਨੂੰ ਕਿਸੇ ਨੇ ਅਲਾਓ ਨਹੀਂ ਕੀਤਾ। ਮੈਂ ਸਿਟੀ ਦਾ ਨੋਟਿਸ ਉਹਨਾਂ ਨੂੰ ਭੇਜਤਾ, ਸਿਟੀ ਵਾਲੇ ਅੰਦਰ ਗਏ, ਉਹਨਾਂ ਨੇ ਫਾਇਰ ਅਲਾਰਮ ਤੱਕ ਉਤਾਰ ਕੇ ਰੱਖੀ ਹੋਈ ਸੀ। ਅੱਛਾ, ਸਿਟੀ ਨੇ ਉਹਦੀ ਵੀ ਟਿਕਟ ਮੈਨੂੰ ਹੀ ਦਿੱਤੀ। ਮੈਂ 4 ਬੰਦਿਆਂ ਦੇ ਨਾਲ ਲੀਜ਼ ਕਰਕੇ ਗਿਆ ਸੀ, 4 ਕਮਰੇ ਸੀਗੇ, ਉਹ 10 ਬੰਦੇ ਰਹਿ ਰਹੇ ਨੇ ਸਰ। ਮੈਂ ਰਵੀਨਾ ਸੈਂਟਰਸ ਦੇ ਕੋਲ ਗਿਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਟਿਕਟ ਮੈਨੂੰ ਮਿਲੀ ਹੈ, ਮੇਰਾ ਕਸੂਰ ਕੀ ਹੈ? ਮੈਂ ਕਿਹਾ ਮੈਂ ਸਾਰੇ ਕੰਮ ਲੀਗਲ ਤਰੀਕੇ ਦੇ ਨਾਲ ਕਰਕੇ ਗਿਆ। ਮੈਨੂੰ ਪਹਿਲਾਂ ਰਵੀਨਾ ਸੈਂਟਰਸ ਕਹਿੰਦੀ ਠੀਕ ਹੈ, ਕਹਿੰਦੀ ਮੈਂ ਤੇਰਾ ਸੋਰਟ ਆਊਟ ਕਰਦੀ ਹਾਂ। ਉਸ ਤੋਂ ਬਾਅਦ ਸਰ ਅੱਜ ਤੱਕ ਮੇਰਾ ਖਿਆਲ ਮੋਰ ਦੈਨ 20-25 ਡੇਜ਼ ਹੋ ਗਏ, ਮੈਂ ਉਹਨੂੰ ਰੋਜ਼ ਇੱਕ ਈਮੇਲ ਕਰ ਰਿਹਾ, ਰੋਜ਼ ਫੋਨ ਕਰ ਰਿਹਾ, ਮੇਰਾ ਫੋਨ ਵੀ ਅਟੈਂਡ ਨਹੀਂ ਕਰ ਰਹੇ ਉਹ ਲੋਕ। ਜੇ ਫੋਨ ਮੈਂ ਕਿਸੇ ਹੋਰ ਨੰਬਰ ਕਰਦਾ, ਫੋਨ ਅਟੈਂਡ ਕਰਦੇ ਨੇ, ਜਦੋਂ ਮੈਂ ਪ੍ਰੋਪਰਟੀ ਦੀ ਗੱਲ ਕਰਦਾ ਮੇਰਾ ਫੋਨ ਕੱਟ ਦਿੰਦੇ ਨੇ। ਬਿਜ਼ਨਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਬਿਜ਼ਨਸ ਦੇ ਰੂਲ ਦੀ ਡਿਫਾਈਨ ਨਹੀਂ ਸਹੀ ਤਰੀਕੇ ਨਾਲ।
ਸਰ ਰੈਂਟ ਤੇ ਦੇਣਾ ਕਦੀ ਬਿਜ਼ਨਸ ਹੋਇਆ ਨੀ ਅੱਜ ਤੱਕ। ਜੇ ਰੈਂਟ ਤੇ ਦੇਣਾ ਇੱਕ ਮਿੰਟ ਜੇ ਰੈਂਟ ਤੇ ਦੇਣਾ ਬਿਜ਼ਨਸ ਹੈ ਨਾ ਤਾਂ ਮੈਂ 3 ਮਹੀਨਿਆਂ ਦੀ ਇੰਸ਼ੋਰੈਂਸ ਸਰ ਆਮ ਘਰ ਦੀ $70 to $80 ਹੁੰਦੀ ਹੈ, ਮੈਂ $380 ਦੇ ਰਿਹਾ ਸਿਰਫ ਇਸ ਕਰਕੇ ਕਿਉਂਕਿ ਜਦੋਂ ਇੰਸ਼ੋਰੈਂਸ ਨੂੰ ਪਤਾ ਲੱਗਦਾ ਇਸ ਘਰ ਚ ਸਟੂਡੈਂਟ ਰਹਿ ਰਹੇ ਹੈ ਤਾਂ ਉਹ ਇੰਸ਼ੋਰੈਂਸ ਵਧਾ ਦਿੰਦੇ ਨੇ, ਮੈਂ ਉਹ ਵੀ ਦੇ ਰਿਹਾ, ਮੈਂ CRA ਨੂੰ ਵੀ ਪੈਸੇ ਪ੍ਰੋਪਰ ਦੇ ਰਿਹਾ, ਮੇਰੀ ਮੇਰੇ ਕੋਲ ਸਭ ਕੁਛ ਲੀਗਲਾਈਜ਼ ਹੈ ਸਰ, ਇੱਕ ਵੀ ਚੀਜ਼ ਕੈਸ਼ ਤੇ ਨਹੀਂ ਹੈਗੀ। ਤੁਹਾਡੇ ਕੰਸਰਨ ਵੈਲਿਡ ਨੇ ਬੜੇ ਸਾਰੇ। ਉਸ ਤੋਂ ਬਾਅਦ ਜਿਹੜੀ ਗੱਲ ਇਹ ਕਰ ਰਹੇ ਵੀ ਆਪਣਾ ਲੀਜ਼ ਐਗਰੀਮੈਂਟ ਲੈ ਕੇ ਮੈਂ LTB ਦੇ ਕੋਲ ਗਿਆ, ਲੈਂਡਲੋਰਡ ਟੈਨੈਂਟ ਬੋਰਡ ਦੇ ਕੋਲ, ਉੱਥੇ 6 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਰੈਂਟ ਛੱਡ ਦਿਓ, ਤੁਸੀਂ ਪ੍ਰੋਪਰਟੀ ਖਾਲੀ ਕਰ ਦਿਓ। ਕਹਿੰਦੇ ਜੀ ਜਦੋਂ ਮਿਲੂਗੀ ਅਸੀਂ ਖਾਲੀ ਕਰਾਂਗੇ। ਮੈਂ ਪੁਲਿਸ ਕੋਲ ਗਿਆ, ਪੁਲਿਸ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ, ਪ੍ਰੋਪਰਟੀ ਮੇਰੀ ਡੈਮੇਜ ਹੋ ਰਹੀ ਹੈ, ਨਾ ਸਿਟੀ ਸਾਫ਼ ਦੇ ਰਹੀ ਹੈ, ਨਾ ਪੁਲਿਸ ਸਾਫ਼ ਦੇ ਰਹੀ ਹੈ, ਨਾ ਕੋਰਟ ਸਾਫ਼ ਦੇ ਰਹੀ ਹੈ। ਹੁਣ ਦੱਸੋ ਇਸ ਕੇਸ ਬੰਦਾ ਕਰੇ ਦੱਸਦੇ ਕੀ। ਸਹੀ ਗੱਲ ਹੈ, ਇਹ ਤੇ ਪ੍ਰੋਬਲਮਸ ਹੈਗੀਆਂ ਨੇ ਸਾਡੀਆਂ, ਇਹ ਲੈਂਡਲੋਰਡ ਟੈਨੈਂਟ ਐਕਟ ਦੀਆਂ ਪ੍ਰੋਬਲਮਸ ਨੇ, ਜਿਹਦੇ 'ਚ ਉੱਤੋਂ ਸਾਡਾ ਜਿਹੜਾ ਬੋਰਡ ਹੈ ਉਹ ਡਿਸਫੰਕਸ਼ਨਲ ਬੋਰਡ ਹੈ ਬੇਸਿਕਲੀ। ਉੱਥੇ ਉਹ ਮੇਰੇ ਨਾਲ ਦੇ ਘਰ ਦੇ ਵਿੱਚ ਜਿਹੜੀ ਤੁਸੀਂ ਐਡ ਦੀ ਗੱਲ ਕਰ ਰਹੇ ਨਾ, 550 ਦੀ ਵਾਸ਼ਰੂਮ ਦਿੱਤਾ ਹੋਇਆ, ਮੇਰੇ ਨਾਲ ਦੇ ਘਰ ਦੇ ਵਿੱਚ ਸਰ ਜੀ ਇੱਕ ਬੰਦੇ ਨੇ ਘਰ ਲੀਜ਼ ਤੇ ਲਿਆ, ਲੀਜ਼ ਤੇ ਲੈ ਕੇ ਆਪ ਚਲਾ ਗਿਆ ਤੇ ਸਭ ਲੀਜ਼ ਕਰ ਗਿਆ, ਓਨਰ ਨੂੰ ਅੰਦਰ ਜਾਣ ਦੀ ਪਰਮਿਸ਼ਨ ਨਹੀਂ, ਓਨਰ ਨੂੰ ਪਤਾ ਵੀ ਨਹੀਂ ਹੈਗਾ, ਸਿਰਫ ਲੀਜ਼ ਤੇ ਕਰ ਦਿੱਤਾ ਸੀ 2 ਬੰਦਿਆਂ ਨੂੰ। ਉੱਥੇ ਅੱਜ ਦੇ ਮੋਰ ਦੈਨ 10 ਪੇਪਰ ਰਹਿ ਰਹੇ ਨੇ। ਅਸੀਂ ਇੰਨੀ ਵਾਰੀ ਸਿਟੀ ਚ ਮਨਾਲੀ ਜਾ ਕੇ ਗੱਲ ਕੀਤੀ ਹੈ, ਸਿਟੀ ਵਾਲੇ ਅੰਦਰ ਜਾ ਕੇ ਸਰ ਟਿਕਟ ਦਿੰਦੇ, ਉਹਦਾ ਤਾਂ ਜਾਂਦੀ ਕੁਛ ਨਹੀਂ ਹੈਗਾ ਜਿਹੜਾ ਰਹਿ ਰਿਹਾ ਉੱਥੇ। ਇਹ ਬੜੀਆਂ ਵੱਡੀਆਂ ਦਿੱਕਤਾਂ ਨੇ ਜੀ, ਬਹੁਤ ਵੱਡੀਆਂ ਪ੍ਰੋਬਲਮਸ ਨੇ ਜਿਹੜੀ ਇਹ ਬਾਰ ਬਾਰ ਇੱਕ ਵਰਡ ਯੂਜ਼ ਕਰ ਰਹੇ ਨੇ, ਸਲਮ ਲੈਂਡਲੋਰਡ। ਸਰ ਸਾਨੂੰ ਸਲਮ ਬਣਾਇਆ ਕਿ ਨਹੀਂ ਹੈ, ਅਸੀਂ ਇੰਡੀਆ ਤੋਂ ਆਏ ਸੀ, ਪੈਸੇ ਲੈ ਕੇ ਆਏ ਸੀ, ਪ੍ਰੋਪਰਟੀ ਆਉਣੀ ਹੈ, ਸਭ ਕੁਛ ਕੀਤਾ। ਨਹੀਂ ਜਿਹੜੇ ਤੁਸੀਂ ਗੁਆਂਢੀ ਦੀ ਗੱਲ ਕਰ ਰਹੇ ਹੋ ਨਾ, ਇਹ ਉਹਦੇ ਲਈ ਸ਼ਬਦ ਵਰਤਿਆ ਗਿਆ। ਸਰ ਜੀ ਮੈਂ ਤੁਹਾਨੂੰ ਦੱਸਦਾ, ਉਹਦੇ ਲਈ ਸ਼ਬਦ ਤਾਂ ਵਰਤ ਲਿਆ, ਪਰ ਸਰ ਸ਼ਬਦ ਵਰਤਿਆ ਕਿਉਂ ਹੈ? ਸਲਮ ਬਣਾਇਆ ਕਿਹਨੇ? ਮੋਰਗੇਜ ਰੇਟ ਚੱਕਿਆ ਕਿਹਨੇ? ਗੌਰਮੈਂਟ ਨੇ। ਇੱਥੇ ਇੰਨਾ ਇੰਟਰਨੈਸ਼ਨਲ ਸਟੂਡੈਂਟ ਬੁਲਾਇਆ ਕਿਹਨੇ? ਗੌਰਮੈਂਟ ਨੇ। ਪ੍ਰੋਪਰਟੀਆਂ ਦੇ ਪ੍ਰੋਪਰਟੀ ਟੈਕਸ ਵਧਾਏ ਕਿਹਨੇ? ਗੌਰਮੈਂਟ ਨੇ। ਹੁਣ ਸੈਲਰੀਆਂ ਤਾਂ ਵਧਾਈਆਂ ਨਹੀਂ ਹੈਗੀਆਂ, ਆਪਣਾ ਖਰਚਾ ਕੱਢਣ ਲਈ ਇਹਨਾਂ ਨੇ ਸਟੂਡੈਂਟ ਦਾ GST $10 to $20 ਕਰਤਾ। ਜੇ ਕਿਰਾਏਦਾਰਾਂ ਦਾ ਅਸੀਂ ਖਰਚਾ ਚੱਕਣ ਦੇ ਲਈ 200 to 500 ਕਰਤਾ, ਜਿਹਨਾਂ ਨੂੰ ਪ੍ਰੋਬਲਮ ਹੋਣ ਲੱਗੀ, ਤਾਂ ਇਹ ਕਹਿੰਦੇ ਨੇ ਸਰ ਸਲਮ ਲੈਂਡ ਲੋਸ, ਸਲਮ ਮੇਅਰ ਨਹੀਂ ਹੈਗਾ, ਸਲਮ ਗੌਰਮੈਂਟ ਨਹੀਂ ਹੈਗੀ। ਥੈਂਕ ਯੂ ਰਜਨੀ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਹੁਣ ਓਵਰ ਟਾਈਮ ਤੋਂ ਮੈਂ ਉੱਤੇ ਚਲੇ ਗਿਆ ਜੀ, ਅਤੇ ਹੁਣ ਮੈਂ ਮਾਫ਼ੀ ਚਾਹਾਂਗਾ ਤੁਹਾਡੇ ਕੋਲੋਂ, ਅਤੇ ਥੈਂਕ ਯੂ। ਤੁਹਾਡੇ ਸਾਰੇ ਵੈਲਿਡ ਕੰਸਰਨ ਨੇ, ਪਰ ਅੱਗੇ ਜਿਹੜੇ ਨੇ ਖੁਸ਼, ਅਮਨ, ਜੈਰਾਜ, ਤੁਹਾਡਾ ਤੁਹਾਤੋਂ ਮਾਫ਼ੀ ਚਾਹਾਂਗੇ ਜੀ। ਮੈਸੇਜਸ ਦੇ ਵਿੱਚ ਜਤਿਨ, ਸੁਹੇਲ, ਗੁਰਿੰਦਰ ਔਜਲਾ, ਪ੍ਰਿਤਪਾਲ ਸਿੰਘ, ਪਰਮ ਤੁਗਾ, ਇੰਦਰ, ਵਿਸ਼ਾਲ, ਜਸਕਿਲ, ਦੀਪ, ਬਿਲਗਾ, ਬੋਬੀ, ਜਤਿੰਦਰ, ਅਮਰਿੰਦਰ, ਸੱਤਿਆਜੀਤ ਢਿੱਲੋਂ, ਅਵਤਾਰ, ਅਮਰਿੰਦਰ, ਬਲਜੀਤ ਬਾਜਵਾ, ਅਭਿਸ਼ੇਕ, ਮਨਜਿੰਦਰ ਕੌਰ, ਹੈਰੀ, ਪੀਯੂਸ਼ ਗੁਪਤਾ, ਗੁਰਸ਼ਰਨ, ਬੋਬੀ, ਪ੍ਰਿੰਸ, ਕਾਰਤਿਕ, ਵਿਵੇਕ, ਜੋਤਨ ਅਰੋੜਾ, ਅਤੇ ਇਹਨਾਂ ਦੇ ਮੈਸੇਜਸ ਨੇ ਜੀ, ਅਤੇ ਉਹਨਾਂ ਤੋਂ ਸਾਰਿਆਂ ਤੋਂ ਅਸੀਂ ਤੁਹਾਡੇ ਕਮੈਂਟ ਨੇ, ਕੁਛ ਤਾਂ ਰਿਪੀਟ ਹੋਈਆਂ ਨੇ ਗੱਲਾਂ, ਕੁਛ ਤੁਸੀਂ ਡਿਫਰੈਂਟ ਵੀ ਹੈਗੇ ਨੇ ਕਮੈਂਟ, ਅਤੇ ਇਹਨਾਂ ਨੂੰ ਅਸੀਂ ਹੁਣ ਬਾਅਦ 'ਚ ਦੇਖਾਂਗੇ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਉਮੀਦ ਹੈ ਇਹ ਜਿਹੜੀ ਅੱਜ ਦੀ ਡਿਸਕਸ਼ਨ ਹੈ ਕੁਛ ਨਵੇਂ ਸਵਾਲ ਖੜ੍ਹੇ ਕਰਨ 'ਚ ਕਾਮਯਾਬ ਹੋਏਗੀ, ਅਤੇ ਤੁਹਾਡਾ ਸਾਰਿਆਂ ਦਾ ਹੀ ਇਹਦੇ ਲਈ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।